ਸਾਤ ਸ੍ਰੀ ਅਕਾਲ ਜੀ ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਰਸ਼ਰਨ ਕੌਰ ਅੱਜ ਅਸੀਂ ਟਿੱਕਰੀ ਬਾਰਡਰ ਤੋਂ ਤੁਹਾਨੂੰ ਐਮਰਜੈਂਸੀ ਬੁਲੇਟਿਨ ਦੀਆਂ ਖਬਰਾਂ ਦੇ ਰਹੇ ਹਾਂ ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਕੱਲ ਦੀ ਲੋਕ ਰਾਏ ਦਾ ਨਤੀਜਾ ਜਾਣ ਲੈਣੇ ਆ ਕੱਲ ਦੀ ਲੋਕ ਰਾਏ ਸੀ ਕਿ ਟਵਿੱਟਰ ਨੇ ਆਈਟੀ ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ ਭਾਰਤ ਸਰਕਾਰ ਨੇ ਭਾਰਤ ਦੇ ਵਿੱਚ ਟਵਿੱਟਰ ਦੀ ਕਾਨੂੰਨੀ ਸੁਰੱਖਿਆ ਖਤਮ ਕਰ ਦਿੱਤੀ ਹੈ ਕੀ ਤੁਸੀਂ ਭਾਰਤ ਸਰਕਾਰ ਦੀ ਇਸ ਕਾਰਵਾਈ ਦੇ ਨਾਲ ਸਹਿਮਤ ਹੋ ਤਾਂ ਸਾਡੇ ਜਿਹੜੇ 6% ਦਰਸ਼ਕਾਂ ਨੇ ਸਹਿਮਤੀ ਜਤਾਈ ਹੈ ਜਦ ਕਿ 94% ਦਰਸ਼ਕ ਨੇ ਜਿਹੜੇ ਸਾਡੇ ਉਹ ਅਸਹਿਮਤ ਨੇ ਅੱਜ ਦੀ ਲੋਕ ਰਾਏ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਭਵਾਨੀਗੜ੍ਹ ਦੇ 10 ਪਿੰਡਾਂ ਨੇ ਪੂਰੀ ਤਰ੍ਹਾਂ ਨਸ਼ਾ ਮੁਕਤੀ ਦਾ ਐਲਾਨ ਕਰ ਦਿੱਤਾ ਲੋਕਾਂ ਨੇ ਪਿੰਡਾਂ ਦੇ ਐਂਟਰੀ ਪੁਆਇੰਟ ਤੇ ਬੋਰਡ ਲਿਖ ਕੇ ਲਾ ਦਿੱਤੇ ਨੇ ਕਿ ਨਾ ਇਥੇ ਨਸ਼ਾ ਵੇਚਿਆ ਜਾਂਦਾ ਹੈ ਨਾ ਖਰੀਦਿਆ ਜਾਂਦਾ ਤੇ ਨਾ ਹੀ ਜਿਹੜਾ ਕੋਈ ਪਿੰਡ ਵਾਸੀ ਨਸ਼ਾ ਕਰਦਾ ਹੈ ਸੋ ਤੁਹਾਡੀ ਕੀ ਰਾਏ ਹੈ ਕਿ ਤੁਸੀਂ ਵੀ ਯਾਨੀ ਕਿ ਕੀ ਹਰ ਪੰਜਾਬੀ ਚਾਹੁੰਦਾ ਹੈ ਕਿ ਸਾਰਾ ਪੰਜਾਬ ਇਸੇ ਤਰ੍ਹਾਂ ਦਾ ਹੋਵੇ ਸਾਰੇ ਪੰਜਾਬ ਦੇ ਜਿਹੜੇ ਪਿੰਡ ਨੇ ਉਹ ਇਸੇ ਤਰ੍ਹਾਂ ਨਸ਼ਾ ਮੁਕਤ ਹੋ ਜਾਣ ਜੇ ਤੁਸੀਂ ਇਸ ਦੇ ਨਾਲ ਸਹਿਮਤ ਹੋ yes ਜਾਂ ਹਾਂ ਲਿਖ ਕੇ ਉੱਤਰ ਦਿਓ ਜੇ ਤੁਸੀਂ ਸਹਿਮਤ ਨਹੀਂ ਹੋ no ਜਾਂ ਨਾ ਲਿਖ ਕੇ ਉੱਤਰ ਦਿਓ emergancy bulletin ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ ਤੇ ਵਾਰੀ ਪਹਿਲਾਂ ਪੰਜਾਬ ਦੀ ਸਭ ਤੋਂ ਪਹਿਲੀ ਖਬਰ सीबीएसई ਦੇ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਹੈ ਜਿਹੜੇ सीबीएसई ਬੋਰਡ ਦੇ ਅਧੀਨ ਆਪਣੀ ਪੜ੍ਹਾਈ ਕਰ ਰਹੇ ਨੇ 12ਵੀਂ ਜਮਾਤ ਦੀ ਕਰੋਨਾ ਮਹਾਮਾਰੀ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕਰ ਦਿੱਤਾ ਸੀ ਕਿ सीबीएसई ਦੇ 12ਵੀਂ ਦੇ ਪੇਪਰ ਨਹੀਂ ਹੋਣਗੇ ਤੇ ਹੁਣ ਨਤੀਜਾ ਕਿਵੇਂ ਆਵੇਗਾ ਉਹ सीबीएसई ਨੇ ਪੈਟਰਨ ਤਿਆਰ ਕਰ ਲਿਆ ਫਾਰਮੂਲਾ ਤਿਆਰ ਕੀਤਾ ਹੈ ਕੇਂਦਰ ਸਰਕਾਰ ਨੇ ਸਰਵਉੱਚ ਅਦਾਲਤ ਦੇ ਵਿੱਚ ਇਸ ਦੀ ਜਾਣਕਾਰੀ ਦਿੱਤੀ ਹੈ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ 10ਵੀਂ 11ਵੀਂ ਤੇ 12ਵੀਂ ਦੇ ਪ੍ਰੀ ਬੋਰਡ ਦੇ ਜਿਹੜੇ ਨਤੀਜੇ ਨੇ ਉਹਨਾਂ ਨੂੰ ਆਧਾਰ ਬਣਾਇਆ ਜਾਵੇਗਾ ਵਿਦਿਆਰਥੀਆਂ ਨੂੰ ਪਾਸ ਕਰਨ ਦੇ ਵਾਸਤੇ ਯਾਨੀ ਕਿ ਪ੍ਰੀ ਬੋਰਡ ਦੇ ਜਿਹੜੇ ਨਤੀਜੇ ਨੇ ਉਹ ਹੁਣ ਤੁਹਾਡਾ ਫਾਈਨਲ ਦਾ ਨਤੀਜਾ ਨਿਰਧਾਰਿਤ ਕਰਨਗੇ ਫਾਰਮੂਲੇ ਦੇ ਮੁਤਾਬਕ 10ਵੀਂ ਦੇ ਨਤੀਜੇ ਦੇ ਆਧਾਰ ਤੇ 30% ਦੇ ਅੰਕ 11ਵੀਂ ਦੇ ਨਤੀਜੇ ਦੇ ਆਧਾਰ ਉੱਤੇ 30% ਅਤੇ 12ਵੀਂ ਪ੍ਰੀ ਬੋਰਡ ਜਾਂ ਯੂਨਿਟ ਟੈਸਟ ਦੇ ਆਧਾਰ ਤੇ 40% ਦੇ ਅੰਕ ਸ਼ਾਮਲ ਕੀਤੇ ਜਾਣਗੇ 31 ਜੁਲਾਈ ਤੱਕ 12ਵੀਂ ਦਾ ਨਤੀਜਾ ਐਲਾਨ ਦਿੱਤਾ ਜਾਏਗਾ ਸੋ ਇਹ ਜਿਹੜੀ ਵੱਡੀ ਖਬਰ ਹੈ ਕਿ CBSE ਬੋਰਡ ਦਾ 12ਵੀਂ ਦਾ ਨਤੀਜਾ 31 ਜੁਲਾਈ ਤੱਕ ਆ ਜਾਏਗਾ ਜਿਹੜੇ ਬੱਚੇ ਨਤੀਜੇ ਤੋਂ ਸੰਤੁਸ਼ਟ ਨਹੀਂ ਹੋਣਗੇ ਉਹਨਾਂ ਨੂੰ ਮੁੜ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਏਗਾ ਇੱਕ ਵੱਡੀ ਰਾਹਤ ਹੈ ਜਿਹੜੀ ਉਹ ਸੀਬੀਐਸਸੀ ਬੋਰਡ ਨੇ ਵਿਦਿਆਰਥੀਆਂ ਨੂੰ ਦਿੱਤੀ ਹੈ ਕਿਉਂਕਿ ਬਹੁਤ ਸਾਰੀ ਕਨਫਿਊਜ਼ਨ ਸੀ ਵਿਦਿਆਰਥੀਆਂ ਦੇ ਮਨਾਂ ਦੇ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਦੇ ਮਨਾਂ ਦੇ ਵਿੱਚ ਤੇ ਅਧਿਆਪਕ ਵੀ ਇਹ ਸੋਚ ਰਹੇ ਸੀ ਕਿ ਆਖਿਰਕਾਰ ਨਤੀਜਾ ਕਿਵੇਂ ਐਲਾਨਿਆ ਜਾਵੇਗਾ 4 ਜੂਨ 2021 ਨੂੰ ਸੀਬੀਐਸਸੀ ਨੇ ਮੁਲਾਂਕਣ ਦੇ ਮਾਪਦੰਡਾਂ ਦਾ ਫੈਸਲਾ ਕਰਨ ਦੇ ਲਈ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਕਮੇਟੀ ਨੂੰ 12ਵੀਂ ਮੁਲਾਂਕਣ ਨੀਤੀ ਦਾ ਫੈਸਲਾ ਕਰਨ ਲਈ 10 ਦਿਨ ਦਿੱਤੇ ਗਏ ਸੀ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਸੀਬੀਐਸਸੀ ਬੋਰਡ ਦੀ ਇਸ ਕਮੇਟੀ ਨੇ ਆਪਣਾ ਜਿਹੜਾ ਫੈਸਲਾ ਉਹ ਦੱਸ ਦਿੱਤਾ ਹੈ ਕਿ ਅਸੀਂ ਇਸ ਤਰੀਕੇ ਦੇ ਨਾਲ ਨਤੀਜਾ ਦੇਵਾਂਗੇ ਸੋ ਸੀਬੀਐਸਸੀ ਬੋਰਡ ਨੇ ਹੁਣ ਆਪਣਾ ਪੈਟਰਨ ਦੱਸ ਦਿੱਤਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀ ਵੀ ਹੁਣ ਤਿਆਰ ਰਹਿਣ ਕਿ ਪੰਜਾਬ ਬੋਰਡ ਹੈ ਜਿਹੜਾ ਉਹ ਜਲਦੀ ਆਪਣਾ ਫੈਸਲਾ ਸੁਣਾਏਗਾ ਕਿ ਪੰਜਾਬ ਬੋਰਡ ਦੇ ਅਧੀਨ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਪੇਪਰ ਰੱਦ ਹੋਣਗੇ ਜਾਂ ਫਿਰ ਲੈ ਜਾਣਗੇ ਜੇ ਰੱਦ ਹੋਣਗੇ ਤਾਂ ਕਿਸ ਆਧਾਰ ਤੇ ਨਤੀਜੇ ਕੱਢੇ ਜਾਣਗੇ ਸੋ ਇਹ ਜਿਹੜਾ ਵਿਦਿਆਰਥੀਆਂ ਦੇ ਲਈ ਬਹੁਤ ਹੀ ਜ਼ਰੂਰੀ ਖਬਰ ਹੈ ਅਗਲੀ ਖਬਰ ਅਧਿਆਪਕਾਂ ਦੇ ਨਾਲ ਜੁੜੀ ਹੋਈ ਹੈ ਸਰਕਾਰ ਤੇ ਅਧਿਆਪਕਾਂ ਦੀ ਮੀਟਿੰਗ ਹੋਈ ਹੈ ਪਰ ਕੋਈ ਵੀ ਫਾਈਨਲ ਨਤੀਜਾ ਨਹੀਂ ਨਿਕਲਿਆ ਬੇਸਿੱਟਾ ਤਾਂ ਅਧਿਆਪਕ ਕਹਿੰਦੇ ਅਸੀਂ ਨਹੀਂ ਕਹਿ ਸਕਦੇ ਇਸ ਮੀਟਿੰਗ ਨੂੰ ਪਰ ਇਹ ਹਾਲੇ ਜਿਹੜਾ ਇਹਦਾ ਕੋਈ ਰਿਜ਼ਲਟ ਨਹੀਂ ਨਿਕਲਿਆ ਇੱਕ ਦਿਨ ਪਹਿਲਾਂ ਆਪਾਂ ਖਬਰ ਸੁਣਾਈ ਸੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਹੜੀ ਮੁਹਾਲੀ ਦੇ ਵਿੱਚ ਬਿਲਡਿੰਗ ਹੈ ਮੁੱਖ ਦਫ਼ਤਰ ਹੈ ਉਸ ਬਿਲਡਿੰਗ ਦੇ ਉੱਤੇ ਚੜ ਕੇ ਅਧਿਆਪਕਾਂ ਨੇ ਰੋਸ ਮੁਜ਼ਾਹਰਾ ਕੀਤਾ ਇੱਕ ਅਧਿਆਪਕਾ ਨੇ ਤਾਂ ਸਲਫਾਸ ਵੀ ਖਾ ਲਈ ਸੀ ਹਾਲਾਂਕਿ ਹਸਪਤਾਲ ਦੇ ਵਿੱਚ ਭਰਤੀ ਕਰਵਾ ਕੇ ਉਸ ਨੂੰ ਬਚਾ ਲਿਆ ਗਿਆ ਇੱਕ ਅਧਿਆਪਕ ਨੇ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਸੀ ਜਿਹੜੀ ਉੱਪਰਲੀ ਛੱਤ ਸੀ ਉੱਥੇ ਜਾ ਕੇ ਅਧਿਆਪਕ ਚੜ ਗਏ ਸੀ ਸੋ ਮੀਟਿੰਗ ਹੋਈ ਮੀਟਿੰਗ ਚ ਕੋਈ ਨਤੀਜਾ ਨਹੀਂ ਨਿਕਲਿਆ ਮੰਤਰੀਆਂ ਨੇ ਤਜਰਬੇ ਦੇ ਗ੍ਰੇਸ ਮਾਰਕ ਵਧਾਉਣ ਦੀ ਆਪਸ਼ਨ ਦਿੱਤੀ ਹੈ ਹੁਣ ਅਧਿਆਪਕਾਂ ਦੀ ਅਗਲੀ ਮੀਟਿੰਗ ਹੈ ਜਿਹੜੀ ਉਹ ਸਿੱਖਿਆ ਸਕੱਤਰ ਦੇ ਨਾਲ ਹੋਏਗੀ ਕੱਚੇ ਅਧਿਆਪਕ ਨੇ ਜਿਹੜੇ ਉਹ ਮੁਹਾਲੀ ਦੇ ਵਿੱਚ ਸਾਬਜ਼ਾਦਾਜੀਤ ਸਿੰਘ ਨਗਰ ਪਹੁੰਚ ਕੇ ਰੋਸ ਮੁਜ਼ਾਹਰਾ ਕਰ ਰਹੇ ਨੇ ਲਗਾਤਾਰ ਉੱਥੇ ਰੋਸ ਮੁਜ਼ਾਹਰਾ ਜਾਰੀ ਹੈ ਸੋ ਜਿੰਨਾ ਚਿਰ ਤੱਕ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲਦਾ ਉਹਨਾਂ ਚਿਰ ਅਧਿਆਪਕ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ ਇਹ ਕੱਚੇ ਅਧਿਆਪਕ ਪੱਕੇ ਹੋਣ ਦੀ ਮੰਗ ਕਰ ਰਹੇ ਨੇ ਸ਼੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁਹਾਲੀ ਵਿੱਚ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦੇ ਨਾਲ ਲੰਗੀ ਰਾਤ ਮੁਲਾਕਾਤ ਵੀ ਕੀਤੀ ਹੈ ਸੁਖਬੀਰ ਬਾਦਲ ਨੇ ਅਧਿਆਪਕਾਂ ਦੇ ਨਾਲ ਇੱਕ ਜੁਟਤਾ ਪ੍ਰਗਟਾਈ ਹੈ ਕਿ ਹੈ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਮੰਨਾਂਗੇ ਪਾਰੇ ਬੜੀ ਅਜੀਬ ਸਿਆਸਤ ਹੈ ਜਦੋਂ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਜੇ ਆਏਗੀ ਪੰਜਾਬ ਦੇ ਵਿੱਚ ਤਾਂ ਜ਼ਾਹਿਰ ਤੌਰ ਤੇ ਇਹ ਸੱਚਾਈ ਹੈ ਜੇ ਅਧਿਆਪਕ ਇਸ ਤਰ੍ਹਾਂ ਪ੍ਰੋਟੈਸਟ ਕਰਨਗੇ ਤਾਂ ਸੁਖਬੀਰ ਬਾਦਲ ਕਦੇ ਵੀ ਉਹਨਾਂ ਨੂੰ ਆ ਕੇ ਨਹੀਂ ਮਿਲਣਗੇ ਜੇ ਕੱਲੋਂ ਅਕਾਲੀਆਂ ਦੀ ਸਰਕਾਰ ਆ ਜਾਂਦੀ ਹੈ ਤਾਂ ਕੱਲੋਂ ਕੈਪਟਨ ਅਮਰਿੰਦਰ ਸਿੰਘ ਸੁਖਬੀਰ ਬਾਦਲ ਵਾਲੀ ਥਾਂ ਤੇ ਸ਼ਾਇਦ ਅਧਿਆਪਕਾਂ ਦੇ ਨਾਲ ਬੈਠੇ ਹੋਣਗੇ ਭਵਾਨੀਗੜ ਸੰਗਰੂਰ ਦੇ ਵਿੱਚ ਭਵਾਨੀਗੜ ਬਲਾਕ ਤੋਂ ਖਬਰ ਹੈ ਜਿੱਥੇ 10 ਪਿੰਡਾਂ ਨੇ ਪੂਰੀ ਤਰ੍ਹਾਂ ਨਸ਼ਾ ਮੁਕਤੀ ਦਾ ਐਲਾਨ ਕਰ ਦਿੱਤਾ ਹੈ ਬੜੀ ਹੀ ਚੰਗੀ ਖਬਰ ਦੱਸਦੇ ਹੋਏ ਵੀ ਸਾਨੂੰ ਚੰਗਾ ਲੱਗ ਰਿਹਾ ਹੈ ਕਿ ਭਵਾਨੀਗੜ ਦੇ 10 ਪਿੰਡ ਬਾਲਦਕੋਠੀ ਦਿੱਤੂਪੁਰ ਤੁਰੀ ਮੱਟਰਾਂ ਹਰਦਿਤਪੁਰਾ ਸਜੂਮਾ ਸਕਰੋਦੀ ਘੁੰਮਣ ਸਿੰਘ ਵਾਲਾ ਸੰਗਤਪੁਰਾ ਅਤੇ ਮਸਾਣੀ ਇਹ ਉਹ ਪਿੰਡ ਨੇ ਸੰਗਰੂਰ ਜ਼ਿਲ੍ਹੇ ਦੇ ਜਿਨ੍ਹਾਂ ਨੇ ਪੂਰੀ ਤਰ੍ਹਾਂ ਨਸ਼ਾ ਮੁਕਤੀ ਦਾ ਐਲਾਨ ਕਰ ਦਿੱਤਾ ਇਹਨਾਂ ਪਿੰਡਾਂ ਦੇ ਲੋਕਾਂ ਨੇ ਪਿੰਡਾਂ ਦੇ ਐਂਟਰੀ ਪੁਆਇੰਟ ਦੇ ਉੱਤੇ ਨਸ਼ਾ ਮੁਕਤੀ ਦੇ ਬੋਰਡ ਲਾ ਦਿੱਤੇ ਨੇ ਜਿੱਤੇ ਲਿਖਿਆ ਹੋਇਆ ਨਾ ਇੱਥੇ ਨਸ਼ਾ ਵੇਚਿਆ ਜਾਂਦਾ ਹੈ ਨਾ ਖਰੀਦਾ ਜਾਂਦਾ ਹੈ ਨਾ ਹੀ ਸਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਕਰਦਾ ਹੈ ਪਿਛਲੇ ਕਈ ਸਾਲਾਂ ਦੇ ਵਿੱਚ ਇਹਨਾਂ ਪਿੰਡਾਂ ਵਿੱਚੋਂ ਕਿਸੇ ਵੀ ਪ੍ਰਕਾਰ ਦਾ ਜਿਹੜਾ ਨਸ਼ਾ ਸੰਬੰਧੀ ਕੋਈ ਵੀ ਪਰਚਾ ਦਰਜ ਨਹੀਂ ਕੀਤਾ ਗਿਆ ਹੈ ਇਹ ਜਾਣਕਾਰੀ ਭਵਾਨੀਗੜ੍ਹ ਦੇ ਡੀਐਸਪੀ ਸੁਖਰਾਜ ਘੋਮਣ ਨੇ ਇਹਨਾਂ ਪਿੰਡਾਂ ਦੇ ਕ੍ਰਾਈਮ ਅੰਕੜਿਆਂ ਦੇ ਆਧਾਰ ਤੇ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਦੇ ਵਿੱਚ ਇਹਨਾਂ ਪਿੰਡਾਂ ਦੇ ਸਰਪੰਚਾਂ ਦੇ ਨਾਲ-ਨਾਲ ਪਿੰਡ ਵਾਸੀਆਂ ਨੇ ਜਿਹੜਾ ਖੂਬ ਰੋਲ ਨਿਭਾਇਆ ਹੈ ਬਾਕੂਬੀ ਆਪਣਾ ਚੰਗਾ ਰੋਲ ਨਿਭਾਇਆ ਹੈ ਪਿੰਡਾਂ ਦੀ ਇਹਨਾਂ ਪਿੰਡਾਂ ਦੀ ਨੌਜਵਾਨ ਪੀੜ੍ਹੀ ਹੁਣ ਖੇਡਾਂ ਵੱਲ ਆਕਰਸ਼ਿਤ ਹੋ ਰਹੀ ਹੈ ਸੋ ਇਹਨਾਂ ਪਿੰਡਾਂ ਦੇ ਵਾਂਗ ਪੰਜਾਬ ਦੇ ਦੂਸਰੇ ਪਿੰਡਾਂ ਨੂੰ ਵੀ ਹੋਣਾ ਚਾਹੀਦਾ ਹੈ ਇਸ ਦੀ ਸਾਰੇ ਪੰਜਾਬੀ ਸ਼ਾਇਦ ਆਸ ਕਰਦੇ ਹੋਣਗੇ ਪੰਜਾਬ ਨੂੰ ਪਿਆਰ ਕਰਨ ਵਾਲੇ ਆਸ ਕਰਦੇ ਹੋਣਗੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੀ ਸਰਕਾਰ ਦੇ 600 ਦਿਨ ਪੂਰੇ ਹੋਣ ਤੇ ਪੰਜਾਬ ਨੂੰ ਐਸਵਾਈਐਲ ਮਾਮਲਾ ਉਲਝਾਉਣ ਦੇ ਲਈ ਜ਼ਿੰਮੇਵਾਰ ਕਰਾਰ ਦਿੱਤਾ ਇਸ ਦੌਰਾਨ ਖੱਟਰ ਨੇ ਵੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਤਿੰਨੇ ਖੇਤੀ ਕਾਨੂੰਨ ਨੁਕਸਾਨਦਾਇਕ ਨਹੀਂ ਹਨ ਇਹਨਾਂ ਨੂੰ ਲਾਗੂ ਕਰਕੇ ਦੇਖ ਲੈਣਾ ਚਾਹੀਦਾ ਹੈ ਜੇ ਕਾਨੂੰਨਾਂ ਕਰਕੇ ਕੋਈ ਨੁਕਸਾਨ ਹੁੰਦਾ ਹੋਇਆ ਤਾਂ ਬਦਲਾ ਕੀਤਾ ਜਾ ਸਕਦਾ ਇਸ ਮੌਕੇ ਉਹਨਾਂ ਦੀ ਪੂਰੀ ਕੈਬਨਿਟ ਹੈ ਜਿਹੜੀ ਉਹ ਮੌਜੂਦ ਸੀ 600 ਦਿਨ ਪੂਰੇ ਹੋਣ ਤੇ ਖਟਰ ਨੇ ਕਿਹਾ ਕਿ ਐਸਵਾਈਐਲ ਦਾ ਪਾਣੀ ਹਰਿਆਣਾ ਦੀ ਲੋੜ ਹੈ ਯਾਨੀ ਕਿ ਐਸਵਾਈਐਲ ਦੇ ਪਾਣੀ ਦੇ ਉੱਤੇ ਆਪਣਾ ਹੱਕ ਜਤਾਇਆ ਹੈ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਸੂਬੇ ਦੇ ਵਿੱਚ ਪਾਣੀ ਦਾ ਸੰਕਟ ਲਗਾਤਾਰ ਵਧ ਰਿਹਾ ਹੈ ਤੇ ਅਸੀਂ ਇਸ ਲੜਾਈ ਨੂੰ ਮਜ਼ਬੂਤੀ ਦੇ ਨਾਲ ਲੜਿਆ ਵੀ ਹੈ ਹੁਣ ਜੇ ਕਿਸਾਨਾਂ ਦੀ ਮੀਟਿੰਗ ਦੀ ਗੱਲ ਕਰ ਲਈਏ ਤਾਂ ਸਿੰਗੂ ਬਾਰਡਰ ਦੇ ਉੱਤੇ ਕਿਸਾਨਾਂ ਦੀ ਬੈਠਕ ਹੋਈ ਹੈ ਅਤੇ ਇਸ ਬੈਠਕ ਦੇ ਵਿੱਚ ਜਿਹੜੇ ਫੈਸਲੇ ਲਏ ਗਏ ਨੇ ਉਹ ਤੁਹਾਨੂੰ ਦੱਸ ਦਿਆਂ ਪਰ ਉਸ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਸਾਨਾਂ ਦੇ ਲਈ ਇੱਕ ਐਲਾਨ ਜਿਹੜਾ ਕੀਤਾ ਉਸ ਦੀ ਵੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਕੇਂਦਰੀ ਕੈਬਨਿਟ ਨੇ ਡੀਏਪੀ ਤੇ ਕੁਝ ਹੋਰ ਗੈਰ ਯੂਰੀਆ ਖਾਦਾਂ ਦੇ ਲਈ ਸਬਸਿਡੀ ਵਧਾ ਦਿੱਤੀ ਹੈ ਜਿਦੇ ਨਾਲ ਸਰਕਾਰੀ ਖਜ਼ਾਨੇ ਦੇ ਉੱਤੇ 14775 ਕਰੋੜ ਰੁਪਏ ਦਾ ਵਾਧੂ ਬੋਝ ਪੈਣ ਦਾ ਦਾਵਾ ਕੀਤਾ ਗਿਆ ਸਰਕਾਰ ਦੇ ਇਸ ਕਦਮ ਦੇ ਨਾਲ ਕਿਸਾਨਾਂ ਨੂੰ ਮਹਾਮਾਰੀ ਦੌਰਾਨ ਰਾਹਤ ਮਿਲਣ ਦੀ ਸੰਭਾਵਨਾ ਸਰਕਾਰ ਨੇ ਜਿਤਾਈ ਹੈ ਪਿਛਲੇ ਮਹੀਨੇ ਕੇਂਦਰ ਨੇ DAP ਖਾਦ ਦੇ ਉੱਤੇ ਸਬਸਿਡੀ 140% ਵਧਾਉਣ ਦਾ ਫੈਸਲਾ ਕੀਤਾ ਸੀ ਰਸਾਇਣਾਂ ਤੇ ਖਾਦਾਂ ਬਾਰੇ ਕੇਂਦਰੀ ਰਾਜ ਮੰਤਰੀ ਮਨਸੂਖ ਮੰਡਾਵੀਆ ਨੇ ਕਿਹਾ ਕਿ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਕਿਸਾਨਾਂ ਦੇ ਲਾਭ ਦੇ ਲਈ ਉਹਨਾਂ ਦੇ ਪ੍ਰੋਫਿਟ ਦੇ ਲਈ DAP ਖਾਦ ਤੇ ਸਬਸਿਡੀ ਵਧਾਉਣ ਦੀ ਕੀਮਤ ਨੂੰ ਪ੍ਰਵਾਨਗੀ ਦਿੱਤੀ ਹੈ ਉਹਨਾਂ ਕਿਹਾ ਕਿ ਕਿਸਾਨਾਂ ਨੂੰ DAP ਖਾਦ ਦਾ ਥੈਲਾ ਪੁਰਾਣੇ ਰੇਟ 1200 ਰੁਪਏ ਤੇ ਹੀ ਮਿਲੇਗਾ ਕਿਸਾਨਾਂ ਨੂੰ ਰਾਹਤ ਦੇਣ ਲਈ ਪ੍ਰਤੀ ਥੈਲੇ ਤੇ ਸਬਸਿਡੀ 500 ਰੁਪਏ ਤੋਂ ਵਧਾ ਕੇ 1200 ਰੁਪਏ ਕਰ ਦਿੱਤੀ ਗਈ ਹੈ ਹਾਲਾਂਕਿ ਕਿਸਾਨਾਂ ਨੇ ਪਿਛਲੇ ਦਿਨੀ ਇਹ ਵੀ ਕਿਹਾ ਸੀ ਕਿ ਇਹ ਜਿਹੜੇ ਸਬਸਿਡੀ ਵਾਲੇ ਥੈਲੇ ਸਾਨੂੰ ਭਾਵੇਂ ਮਿਲਣਗੇ ਸਾਨੂੰ 1200 ਦੇ ਵਿੱਚ ਮਿਲਣਗੇ ਪਰ ਇਹਨਾਂ ਤੇ ਕੀਮਤ 1800 ਜਾਂ 1900 ਹੀ ਲਿਖੀ ਗਈ ਹੋਏਗੀ ਤੇ ਸਰਕਾਰ ਟੇਡੇ ਢੰਗ ਦੇ ਨਾਲ ਕੰਪਨੀਆਂ ਨੂੰ ਫਾਇਦਾ ਦੇਣ ਜਾ ਰਹੀ ਹੈ ਯਾਨੀ ਕਿ ਸਾਡੇ ਤੋਂ 1200 ਰੁਪਏ ਲੈ ਕੇ ਕੰਪਨੀਆਂ ਤੋਂ ਤਾਂ ਸਰਕਾਰ ਓਨੇ ਭਾਅ ਦੇ ਵਿੱਚ ਹੀ ਖਰੀਦੇਗੀ ਸਾਡੇ ਤੋਂ 1200 ਲਏਗੀ ਤੇ ਜਿਹੜਾ ਬਾਕੀ ਰਹਿੰਦਾ ਪੈਸਾ ਹੈ ਉਹ ਖੁਦ ਪੇ ਕਰੇਗੀ ਤੇ ਕੰਪਨੀਆਂ ਨੂੰ ਉਹਦਾ ਫਾਇਦਾ ਦਿੱਤਾ ਜਾਏਗਾ ਕਿਸਾਨਾਂ ਨੇ ਹੁਣ ਇਸ ਮਸਲੇ ਦੇ ਉੱਤੇ ਜਿਹੜਾ ਤਾਜ਼ਾ ਬਿਆਨ ਦਿੱਤਾ ਹੈ ਉਹ ਕੀ ਕਿਹਾ ਉਹਨਾਂ ਨੇ ਕਿਹਾ ਕਿ ਜਿਹੜਾ ਕੇਂਦਰੀ ਮੰਤਰੀ ਮੰਡਲ ਨੇ ਜਿਹੜਾ ਡੀਏਪ ਖਾਦਾਂ ਦੇ ਉੱਤੇ ਸਬਸਿਡੀ ਵਧਾਈ ਹੈ ਉਹ ਸਿਰਫ ਇੱਕ ਸੀਜ਼ਨ ਦੇ ਲਈ ਹੈ ਜੋ ਖਰੀਫ 2021 ਦੇ ਲਈ ਲਾਗੂ ਹੈ ਇਸ ਤੋਂ ਪ੍ਰਤੀਤ ਹੁੰਦਾ ਲੱਗਦਾ ਹੈ ਕਿ ਆਗਾਮੀ ਸੀਜ਼ਨ ਵਿੱਚ ਕਿਸਾਨਾਂ ਨੂੰ ਖਾਦਾਂ ਦੀ ਵਧੀ ਹੋਈ ਲਾਗਤ ਦੀ ਖੁਦ ਪਰਪਾਈ ਕਰਨ ਦੇ ਲਈ ਕਿਹਾ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਸਿਰਫ ਸ਼ੋਸ਼ਣ ਹੀ ਕੀਤਾ ਕਿਸਾਨਾਂ ਦਾ ਤੇ ਉਹੀ ਹੁਣ ਸਰਕਾਰ ਕਰ ਰਹੀ ਹੈ ਮੋਰਚੇ ਨੇ ਮੋੜ ਮੰਗ ਦੁਹਰਾਈ ਹੈ ਕਿ ਕਿਸਾਨਾਂ ਨੂੰ ਫਸਲਾਂ ਦੇ ਪੂਰੇ ਭਾਅ ਦੇਣ ਦੇ ਲਈ ਐਮਐਸਪੀ ਦੀ ਗਰੰਟੀ ਦਿੱਤੀ ਜਾਵੇ ਕਿਉਂਕਿ ਭਾਜਪਾ ਨੇ ਤਾਂ ਚੋਣਾ ਵੀ ਇਹਨਾਂ ਮੁੱਦਿਆਂ 'ਤੇ ਲੜੀਆਂ ਅਤੇ ਜਿੱਤੀਆਂ ਨੇ ਕਹਿੰਦੇ ਸਾਡੀ ਇੱਕੋ ਇੱਕ ਮੰਗ ਹੈ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਅਤੇ ਤਿੰਨੇ ਖੇਤੀ ਕਾਨੂੰਨ ਰੱਦ ਕਰਨੇ ਪੰਜਾਬ ਦੇ 32 ਕਿਸਾਨ ਜਥੇਬੰਦੀਆਂ ਨੇ ਸਿੰਘੂ ਬਾਰਡਰ ਤੇ ਮੀਟਿੰਗ ਕੀਤੀ ਇਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ 26 ਜੂਨ ਨੂੰ ਜਥੇਬੰਦੀਆਂ ਦੇ ਸਾਰੇ ਲੀਡਰਸ ਸਵੇਰੇ 11 ਵਜੇ ਤੱਕ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਠੇ ਹੋਣਗੇ ਤੇ ਉੱਥੋਂ ਰਾਜਪਾਲ ਭਵਨ ਵੱਲ ਰੋਸ ਮਾਰਚ ਕੱਢਣਗੇ ਤੇ ਗਵਰਨਰ ਨੂੰ ਰੋਸ ਪੱਤਰ ਸੌਂਪਿਆ ਜਾਏਗਾ ਇਸੇ ਤਰ੍ਹਾਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਮੋਰਚੇ ਦੇ ਲੀਡਰਾਂ ਨੇ ਕਿ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਵਿੱਚ ਪਿੰਡ ਵਜੀਦਪੁਰ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਖਿਲਾਫ ਸਥਾਨਕ ਪ੍ਰਸ਼ਾਸਨ ਨੇ ਕੇਸ ਦਰਜ ਕੀਤੇ ਨੇ ਇਸ ਦੀ ਅਸੀਂ ਨਿਖੇਧੀ ਕਰਦੇ ਹਾਂ ਯੂਨੀਅਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਲੀਡਰਾਂ ਤੇ ਹੋਰਨਾ ਕਿਸਾਨਾਂ ਦੇ ਖਿਲਾਫ ਜਿਹੜੇ ਪਰਚੇ ਦਰਜ ਕੀਤੇ ਗਏ ਨੇ ਉਹ ਵਾਪਸ ਲਏ ਜਾਣ ਨਾਲ ਹੀ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਮੀਂਹ ਪੈਣ ਦੇ ਬਾਵਜੂਦ ਤੇ ਹੋਰ ਮੁਸੀਬਤਾਂ ਦੇ ਬਾਵਜੂਦ ਕਿਸਾਨ ਮੋਰਚਿਆਂ ਦੇ ਵਿੱਚ ਲਗਾਤਾਰ ਵੱਖ-ਵੱਖ ਸੂਬਿਆਂ ਤੋਂ ਕਿਸਾਨ ਪਹੁੰਚ ਰਹੇ ਨੇ ਇਹ ਜਿਹੜੀ ਮੀਟਿੰਗ ਕੀਤੀ ਗਈ ਹੈ ਇਸ ਦੇ ਵਿੱਚ ਸੱਦਾ ਵੀ ਦਿੱਤਾ ਗਿਆ ਲੋਕਾਂ ਨੂੰ ਕਿ ਜਿਹੜਾ 26 ਜੂਨ ਦਾ ਸਾਡਾ ਮਜ਼ਾਰਾ ਹੈ ਪੂਰੇ ਦੇਸ਼ ਦੇ ਵਿੱਚ ਉਸ ਦੇ ਵਿੱਚ ਸਾਰੇ ਲੋਕ ਧਿਆਨ ਜਿਹੜੇ ਸਾਰੇ ਲੋਕ ਸਾਥ ਦੇਣ ਤੇ ਇਸ ਸੱਦੇ ਨੂੰ ਕਬੂਲਣ ਨਾਲ ਹੀ ਇਹ ਵੀ ਕਿ ਹੈ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੋਰਚੇ ਨੂੰ ਖਰਾਬ ਕਰਨ ਦੇ ਲਈ ਜਿਹੜੀਆਂ ਸਾਜ਼ਿਸ਼ਾਂ ਚਲਾਈਆਂ ਜਾ ਰਹੀਆਂ ਨੇ ਉਹਨਾਂ ਤੋਂ ਸੁਚੇਤ ਰਿਹਾ ਜਾਵੇ ਚਾਰ ਗੱਲਾਂ ਨੇ ਜਿਹੜੀਆਂ ਉਹ ਧਿਆਨ ਦੇ ਵਿੱਚ ਲਿਆਂਦੀਆਂ ਨੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਕਿਸਾਨਾਂ ਨੇ ਕਿ ਦਿੱਲੀ ਵਿੱਚ ਟ੍ਰੈਫਿਕ ਹੈ ਜਿਹੜਾ ਉਹ ਸੁਧਾਰਿਆ ਜਾਵੇ ਦਿੱਲੀ 'ਚ ਕਹਿੰਦੇ ਪਹਿਲਾਂ ਗੱਡੀਆਂ ਪਿੱਛੋਂ ਡਾਇਵਰਟ ਕੀਤੀਆਂ ਜਾਂਦੀਆਂ ਸੀ ਇਸ ਲਈ ਉਹ ਪ੍ਰਬੰਧ ਮੁੜ ਤੋਂ ਬਹਾਲ ਕੀਤਾ ਜਾਵੇ ਸੜਕਾਂ ਦੀ ਹਾਲਤ ਖਰਾਬ ਹੈ ਪ੍ਰਸ਼ਾਸਨ ਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ ਬਹੁਤ ਸਾਰੀਆਂ ਦੁਰਘਟਨਾਵਾਂ ਵਾਪਰ ਰਹੀਆਂ ਨੇ ਦਿੱਲੀ ਵਿੱਚ ਸਾਫ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ ਬਿਜਲੀ ਦੀ ਹਾਲਤ ਬਹੁਤ ਖਰਾਬ ਹੈ ਇਸ ਲਈ ਪ੍ਰਸ਼ਾਸਨ ਨੂੰ ਟਰਾਂਸਫਾਰਮ ਵੱਡੇ ਕੀਤੇ ਜਾਣੇ ਚਾਹੀਦੇ ਨੇ ਕਿਸਾਨ ਲੀਡਰਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਮੋਰਚੇ ਦੇ ਵਿੱਚ ਰਾਤ ਨੂੰ ਔਰਤਾਂ ਭੇਜੀਆਂ ਜਾਂਦੀਆਂ ਨੇ ਕਿਸਾਨਾਂ ਦੇ ਜਿਹੜੇ ਟੈਂਟ ਲੱਗੇ ਨੇ ਉਹਦੇ ਵਿੱਚ ਉਹ ਝਾਤ ਮਾਰ ਕੇ ਕਿਸਾਨਾਂ ਨੂੰ ਪਰਮਾਉਣ ਦੀ ਕੋਸ਼ਿਸ਼ ਕਰਦੀਆਂ ਨੇ ਪਰ ਸਾਡੇ ਨੌਜਵਾਨ ਉਹਨਾਂ ਨੂੰ ਭਜਾ ਦਿੰਦੇ ਨੇ ਕਹਿੰਦੇ ਪੁਲਿਸ ਦੇ ਕੋਲ ਇਹਨਾਂ ਔਰਤਾਂ ਨੂੰ ਅਸੀਂ ਗ੍ਰਿਫਤਾਰ ਵੀ ਕਰਵਾਇਆ ਹੈ ਇਹ ਔਰਤਾਂ ਬੀਜੇਪੀ ਆਰਐਸਐਸ ਵਾਲਿਆਂ ਦੇ ਵੱਲੋਂ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਭੇਜੀਆਂ ਜਾਂਦੀਆਂ ਨੇ ਜਿਨ੍ਹਾਂ ਤੋਂ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿਸਾਨ ਲੀਡਰਾਂ ਨੇ ਕਿਹਾ ਕਿ ਸਾਰੇ ਨੌਜਵਾਨ ਇਹਨਾਂ ਔਰਤਾਂ ਤੋਂ ਜ਼ਰੂਰ ਸੁਚੇਤ ਰਹਿਣ ਜਿਹੜੀਆਂ ਕਿ ਸਾਡੇ ਮੋਰਚੇ ਨੂੰ ਬਦਨਾਮ ਕਰ ਸਕਦੀਆਂ ਨੇ ਕਿਸਾਨ ਲੀਡਰਾਂ ਨੇ ਇਹ ਵੀ ਕਿਹਾ ਕਿ ਕਿਸਾਨ ਮੋਰਚਿਆਂ ਦੇ ਵਿੱਚ ਬੀਬੀਆਂ ਵਾਸਤੇ ਪੰਜਾਬ ਤੇ ਹਰਿਆਣਾ ਦੇ ਵਿੱਚੋਂ ਇੱਕ ਸਾਂਝੀ ਕਮੇਟੀ ਹੈ ਜਿਹੜੀ ਉਹ ਬਣਾਈ ਜਾਵੇਗੀ ਜਿਹੜੀ ਕਿ ਔਰਤਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰੇਗੀ ਇਸ ਤੋਂ ਪਹਿਲਾਂ ਹਰ ਮੋਰਚੇ ਦੇ ਉੱਤੇ ਟਿੱਕਰੀ ਸਿੰਘੂ ਤੇ ਗਾਜ਼ੀਪੁਰ ਬਾਰਡਰ ਤੇ ਪਹਿਲਾਂ ਵੀ ਸੁਰੱਖਿਆ ਕਮੇਟੀ ਹੈ ਜਿਹੜੀ ਔਰਤਾਂ ਦੀ ਬਣਾ ਦਿੱਤੀ ਗਈ ਹੈ। ਦੀਪ ਸਿੱਧੂ ਦੇ ਨਾਲ ਜੁੜੀ ਹੋਈ ਖਬਰ ਹੈ ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਹਿੰਸਾ ਮਾਮਲੇ ਵਿੱਚ ਦੀਪ ਸਿੱਧੂ ਤੇ ਹੋਰਨਾਂ ਦੇ ਖਿਲਾਫ ਪੂਰਕ ਦੋਸ਼ ਪੱਤਰ ਦਾਇਰ ਕੀਤਾ ਯਾਨੀ ਕਿ ਚਾਰਜ ਸ਼ੀਟ ਦਾਖਲ ਕੀਤੀ ਹੈ। ਇੱਕ ਹੋਰ ਚਾਰਜ ਸ਼ੀਟ ਦਾਖਲ ਕੀਤੀ ਹੈ। ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਗਜੇਂਦਰ ਸਿੰਘ ਨਾਗਰ 19 ਜੂਨ ਨੂੰ ਬਾਅਦਪੈਰ 2 ਵਜੇ ਤਾਜ਼ਾ ਚਾਰਜ ਸ਼ੀਟ ਦੇ ਖਾਸ ਨੁਕਤਿਆਂ ਦੇ ਬਾਰੇ ਹੁਕਮ ਜਾਰੀ ਕਰਨਗੇ। ਅਦਾਲਤ ਨੇ ਕਿਹਾ ਕਿ ਇਸ ਕੇਸ ਦੇ ਜਾਂਚ ਦੇ ਨਾਮ ਦੱਸੇ ਜੋ ਗੰਭੀਰ ਜ਼ਖਮੀ ਹੋਏ ਸੀ ਜਾਂ ਜਿਨ੍ਹਾਂ ਕੋਲੋਂ ਹਥਿਆਰ ਖੋਇਆ ਗਿਆ ਸੀ ਹਿੰਸਾ ਦੀ ਜਾਂਚ ਅਪਰਾਧ ਸ਼ਾਖਾ ਨੂੰ ਸੌਂਪੀ ਗਈ ਸੀ 17 ਮਈ ਨੂੰ 3224 ਪੰਨਿਆਂ ਦੀ ਚਾਰਜ ਸ਼ੀਟ ਦਾਇਰ ਕਰਕੇ ਸਿੱਧੂ ਸਣੇ 16 ਮੁਲਜ਼ਮਾਂ ਦੇ ਖਿਲਾਫ ਮਕਦਮਾ ਚਲਾਉਣ ਦੀ ਮੰਗ ਕੀਤੀ ਗਈ ਸੀ ਬੇਅਦਬੀ ਕਾਂਡ ਦੇ ਨਾਲ ਜੁੜੀ ਹੋਈ ਖਬਰ ਹੈ ਨਵੀਂ ਸਿਟ ਨੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਕਈ ਗਵਾਹਾਂ ਤੋਂ ਪੁੱਛਪੜਤਾਲ ਕੀਤੀ ਹੈ ਪੁੱਛਪੜਤਾਲ ਦੌਰਾਨ ਸਿਟ ਨੇ ਗੋਲੀਕਾਂਡ ਦੇ ਵੀਡੀਓ ਨੂੰ ਵੀ ਦਿਖਾਇਆ ਹੈ ਐਸਆਈਟੀ ਦੇ ਵੱਲੋਂ 2.5 ਤੋਂ 3 ਘੰਟੇ ਗਵਾਹਾਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਕੁਝ ਗਵਾਹਾਂ ਨੇ ਇਹ ਵੀ ਕਿਹਾ ਕਿ ਪੁਲਿਸ ਨੇ ਜਾਣਬੁੱਝ ਕੇ ਪ੍ਰਦਰਸ਼ਨਕਾਰੀਆਂ ਤੇ ਗੋਲੀਆਂ ਚਲਾਈਆਂ ਸੀ 22 ਜੂਨ ਨੂੰ ਐਸਆਈਟੀ ਦੇ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਕੀਤੀ ਜਾਏਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜੈਪਾਲ ਭੁੱਲਰ ਦੇ ਮੁਰਹ ਪੋਸਟਮਾਰਟਮ ਕਰਵਾਉਣ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਹੜੀ ਜੈਪਾਲ ਭੁੱਲਰ ਦੇ ਮਾਪਿਆਂ ਨੇ ਪਾਈ ਸੀ ਭੁੱਲਰ ਦੇ ਪਰਿਵਾਰ ਨੇ ਮੁਰਹ ਪੋਸਟਮਾਰਟਮ ਕਰਵਾਉਣ ਦੀ ਅਰਜ਼ੀ ਹਾਈ ਕੋਰਟ ਵਿੱਚ ਦਾਖਲ ਕੀਤੀ ਸੀ ਤੇ ਇਹ ਇਲਜ਼ਾਮ ਲਾਇਆ ਸੀ ਕਿ ਉਹਨਾਂ ਦੇ ਪੁੱਤਰ ਦਾ ਫੇਕ ਐਨਕਾਊਂਟਰ ਕੀਤਾ ਗਿਆ ਹੈ ਉਸ ਨੂੰ ਟਾਰਚਰ ਕੀਤਾ ਗਿਆ ਹੈ ਅਦਾਲਤ ਨੇ ਕਿਹਾ ਕਿ ਸਾਨੂੰ ਇਸ ਬਾਰੇ ਹੁਕਮ ਦੇਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਸਾਰਾ ਮਾਮਲਾ ਪੱਛਮੀ ਬੰਗਾਲ ਦੇ ਵਿੱਚ ਕੋਲਕਾਤਾ ਦੇ ਵਿੱਚ ਵਾਪਰਿਆ ਇਸ ਕਰਕੇ ਪਰਿਵਾਰ ਨੂੰ ਉੱਥੇ ਹੀ ਜਾ ਕੇ ਅਪੀਲ ਕਰਨੀ ਚਾਹੀਦੀ ਹੈ ਜਦਕਿ ਪਰਿਵਾਰ ਖੁਦ ਸਾਰੀਆਂ ਫਾਰਮੈਲिटीज ਕਰਕੇ লাশ ਨੂੰ ਉੱਥੋਂ ਲੈ ਕੇ ਆਇਆ ਹੈ ਇਸ ਤੋਂ ਬਾਅਦ ਹੁਣ ਜੈਪਾਲ ਭੁੱਲਰ ਦੇ ਪਰਿਵਾਰ ਨੇ ਫੈਸਲਾ ਲਿਆ ਹੈ ਕਿ ਉਹ ਹਾਈ ਕੋਰਟ ਦੇ ਵੱਲੋਂ ਉਹਨਾਂ ਦੀ ਅਪੀਲ ਰੱਦ ਕੀਤੇ ਜਾਣ ਤੋਂ ਬਾਅਦ ਹੁਣ ਸੁਪਰੀਮ ਕੋਰਟ ਜਾਣਗੇ ਸੁਪਰੀਮ ਕੋਰਟ ਦਾ ਰੁਖ ਕਰਨਗੇ ਪਰਿਵਾਰ ਨੇ ਹਾਲੇ ਤੱਕ ਜੈਪਾਲ ਭੁੱਲਰ ਦੀ লাশ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਹੈ ਜੈਪਾਲ ਭੁੱਲਰ ਦੇ ਪਿਤਾ ਪੁਲਿਸ ਮੁਲਾਜ਼ਮ ਰਹੇ ਨੇ ਉਹ ਕਹਿੰਦੇ ਨੇ ਮੈਂ ਜਾਣਦਾ ਹਾਂ ਟਾਰਚਰ ਕੀ ਹੁੰਦਾ ਹੈ ਅਤੇ ਐਨਕਾਊਂਟਰ ਕੀ ਹੁੰਦਾ ਹੈ ਇਸ ਕਰਕੇ ਉਹ ਆਪਣੇ ਪੁੱਤਰ ਦੀ ਮੌਤ ਦੇ ਮਾਮਲੇ ਵਿੱਚ ਇਨਸਾਫ ਚਾਹੁੰਦੇ ਨੇ ਕਾਂਗਰਸ ਵਿਧਾਇਕ ਸੁਖਪਾਲ ਖੈਰਾ ਕਾਂਗਰਸ ਦੇ ਵਿੱਚ ਵਿਧਾਇਕ ਸੁਖਪਾਲ ਖੈਰਾ ਦੀ ਪਾਰਟੀ ਪੰਜਾਬ ਏਕਤਾ ਦਾ ਰਲੇਵਾ ਹੋ ਗਿਆ ਪਿਛਲੇ ਦਿਨੀ ਵਿਧਾਇਕ ਸੁਖਪਾਲ ਖੈਰਾ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਸੀ ਆਪਣੇ ਨਾਲ ਦੋ ਹੋਰ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕਾਂ ਨੂੰ ਲੈ ਕੇ ਸੁਖਪਾਲ ਖੈਰਾ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਨੂੰ ਮਿਲਣ ਉਹਨਾਂ ਦੇ ਦਫ਼ਤਰ ਪਹੁੰਚੇ ਉਹਨਾਂ ਦੇ ਨਾਲ ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਫਿਰਮਲ ਸਿੰਘ ਖਾਲਸਾ ਵੀ ਮੌਜੂਦ ਸਨ ਜਨਰਲ ਸੈਕਟਰੀ ਰਣਦੀਪ ਸੁਰਜੇਵਾਲਾ ਵੀ ਇਸ ਵਕਤ ਮੌਜੂਦ ਸਨ ਸੋ ਸੁਖਪਾਲ ਖਹਿਰਾ ਨੇ ਜਿਹੜੀ ਪਾਰਟੀ ਬਣਾਈ ਸੀ ਜਿਦੇ ਵਿੱਚ ਕੱਲੇ ਸੁਖਪਾਲ ਖਹਿਰਾ ਹੀ ਸ਼ਾਇਦ ਰਹਿ ਗਏ ਸੀ ਉਹਨਾਂ ਨੇ ਹੁਣ ਕਾਂਗਰਸ ਦੇ ਵਿੱਚ ਆਪਣਾ ਰਲੇਵਾ ਕਰ ਦਿੱਤਾ ਹੈ ਕਿਹਾ ਕਿ ਕਾਂਗਰਸ ਮੇਰਾ ਪੁਰਾਣਾ ਘਰ ਹੈ ਆਪਣੀ ਵਾਪਸੀ ਦੇ ਨਾਲ ਮੈਂ ਖੁਸ਼ ਹਾਂ ਕੇਜਰੀਵਾਲ ਆਪਣੀਆਂ ਗਲਤੀਆਂ ਦੀ ਸਮੀਖਿਆ ਨਹੀਂ ਕਰਦਾ ਯਾਨੀ ਕਿ ਮੋਰ ਤੋਂ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ ਸ਼੍ਰਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਨੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਤੇ ਪਵਿੱਤਰ ਸੀਟਾਂ ਵਾਲੇ ਬਿਆਨ ਤੇ ਹੁਣ ਨਿਸ਼ਾਨਾ ਸਾਧਿਆ ਹੈ ਕਿਹਾ ਕਿ ਵਨ ਸੁਵੰਨੇ ਫੇਸਬੁੱਕ ਪੇਜਾਂ ਤੇ ਦੂਜਿਆਂ ਬਾਰੇ ਝੂਠੇ ਪ੍ਰਚਾਰ ਕਰਨ ਵਾਲੀ ਕਾਂਗਰਸ ਸਰਕਾਰ ਖੁਦ ਮੁੱਢ ਤੋਂ ਹੀ ਦਲਿਤ ਵਿਰੋਧੀ ਰਹੀ ਹੈ ਤੇ ਰਹਿੰਦੀ ਕਸਰ ਇਸ ਦੇ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੇ ਕੱਢ ਦਿੱਤੀ ਜਿਸ ਨੇ ਦਲਿਤ ਭਾਈਚਾਰੇ ਬਾਰੇ ਮਾੜੀ ਸ਼ਬਦਾਵਲੀ ਬੋਲ ਕੇ ਸਾਰੇ ਪਾਈਚਾਰੇ ਦਾ અપਮਾਨ ਕੀਤਾ ਹੈ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਸੂਬੇ ਦੇ ਸਾਰੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦਾ ਜੇ ਈ ਕਾਰਡ ਨਹੀਂ ਚੱਲਦਾ ਜਾਂ ਬਲੌਕ ਹੋ ਜਾਂਦਾ ਤਾਂ ਵੀ ਉਹਨਾਂ ਦਾ ਇਲਾਜ ਕਰਨ ਦੀ ਹਦਾਇਤ ਦਿੱਤੀ ਹੈ ਕਿ ਸਾਰੇ ਲਾਭਪਾਤਰੀਆਂ ਦਾ ਜਿਹੜਾ ਇਲਾਜ ਹੈ ਉਹ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਕੀਤਾ ਜਾਣਾ ਚਾਹੀਦਾ ਉਹਨਾਂ ਨੂੰ ਵਾਪਸ ਨਹੀਂ ਭੇਜਿਆ ਜਾਣਾ ਚਾਹੀਦਾ ਪੰਜਾਬ ਦੀ ਮੁਖ ਸਕੱਤਰ ਵਿਨੀ ਮਹਾਜਨ ਨੇ ਪੰਜਾਬ ਦੇ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੈਡੀਕਲ ਸਿੱਖਿਆ ਵਿਭਾਗ ਨੂੰ ਅੰਮ੍ਰਿਤਸਰ ਦੇ ਸਟੇਟ ਕੈਂਸਰ ਇੰਸਟੀਚਿਊਟ ਨੂੰ ਵਿੱਤੀ ਬਰੇ ਦੇ ਵਿੱਚ ਕਾਰਜਸ਼ੀਲ ਕਰਨ ਦੀ ਹਦਾਇਤ ਕੀਤੀ ਹੈ ਇਸ ਦੇ ਵਿੱਚ 150 ਬੈੱਡ ਹੋਣਗੇ ਕੈਂਸਰ ਦੇ ਮਰੀਜ਼ਾਂ ਨੂੰ ਆਲਮੀ ਦਰਜੇ ਦੀਆਂ ਇਲਾਜ ਸਹੂਲਤਾਂ ਪ੍ਰਦਾਨ ਕਰਨਗੇ ਅਤੇ 120 ਕਰੋੜ ਰੁਪਏ ਦਾ ਇਹ ਕੁੱਲ ਪ੍ਰੋਜੈਕਟ ਹੈ ਜਿੱਥੇ ਕੈਂਸਰ ਦੇ ਮਰੀਜ਼ ਨੇ ਜਿਹੜੇ ਉਹਨਾਂ ਦਾ ਇਲਾਜ ਹੋਵੇਗਾ ਸੋ ਵਧੀਆ ਗੱਲ ਤਾਂ ਇਹ ਹੋਵੇ ਜੇ ਕੈਂਸਰ ਦੀ ਜਿਹੜੀ 벨ਟ ਹੈ ਸਾਰੀ ਮਾਲਵਾ 벨ਟ ਹੈ ਜਿੱਥੇ ਕੈਂਸਰ ਦੇ ਜ਼ਿਆਦਾ ਕੇਸ ਆਉਂਦੇ ਨੇ ਇੱਕ ਇੱਕ ਪਿੰਡ ਦੇ ਵਿੱਚ ਕਿੰਨੇ ਕਿੰਨੇ ਕੈਂਸਰ ਦੇ ਮਰੀਜ਼ ਨੇ ਜੇ ਉਥੇ ਪਾਣੀ ਦਾ ਪ੍ਰਬੰਧ ਸਹੀ ਕਰ ਦਿੱਤਾ ਜਾਵੇ ਸਾਫ ਕਰ ਦਿੱਤਾ ਜਾਵੇ ਜੇ 120 ਕਰੋੜ ਰੁਪਇਆ ਸ਼ਾਇਦ ਸਰਕਾਰ ਉਥੇ ਲਾਵੇ ਤਾਂ ਕੈਂਸਰ ਲੋਕਾਂ ਨੂੰ ਹੋਵੇ ਹੀ ਨਾ ਭਾਰਤੀ ਦੌੜਾਕ ਮਿਲਖਾ ਸਿੰਘ ਦੀ ਹਾਲਤ ਹੁਣ ਠੀਕ ਹੈ ਉਹਨਾਂ ਨੂੰ ਕੋਵਿਡ ਆਈਸੀਯੂ ਤੋਂ ਬਾਹਰ ਪੀਜੀਆਈ ਦੇ ਇੱਕ ਹੋਰ ਹਿੱਸੇ ਦੇ ਵਿੱਚ ਸ਼ਿਫਟ ਕਰ ਦਿੱਤਾ ਹੈ ਹਾਲਾਂਕਿ ਉਹਨਾਂ ਦੀ ਪਤਨੀ ਦੀ ਪਿਛਲੇ ਦਿਨੀ ਕਰੋਨਾ ਕਾਰਨ ਮੌਤ ਹੋ ਗਈ ਸੀ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਵਿੱਚ ਸਿਵਲ ਲਾਇਨਜ਼ ਥਾਣੇ ਦੇ ਵਿੱਚ RAMDEV ਦੇ ਖਿਲਾਫ ਇੱਕ ਹੋਰ FIR ਦਰਜ ਕੀਤੀ ਗਈ ਹੈ ਇਸ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੇ ਮਲੋਟ ਦੇ ਵਿੱਚ ਵੀ ਡਾਕਟਰਾਂ ਨੇ FIR ਦਰਜ ਕਰਵਾਈ ਹੈ ਰਾਏਪੁਰ ਦੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਸ਼ਿਕਾਇਤ ਤੇ IPC ਦੀਆਂ ਕੁਝ ਧਰਾਵਾਂ ਲਾਈਆਂ ਗਈਆਂ ਨੇ ਜਿਸ ਦੇ ਵਿੱਚ ਕੁਝ ਧਰਾਵਾਂ ਗੈਰ ਜ਼ਮਾਨਤੀ ਵੀ ਸ਼ਾਮਿਲ ਨੇ ਤੇ ਜਿਹੜੇ ਪਟੀਸ਼ਨ ਧਾਰ ਕਰਨ ਵਾਲੇ ਡਾਕਟਰ ਰਾਕੇਸ਼ ਗੁਪਤਾ ਹੈਗੇ ਨੇ IMA ਦੇ ਡਾਕਟਰ ਨੇ ਉਹਨਾਂ ਨੇ ਸ਼ਿਕਾਇਤ ਦੇ ਵਿੱਚ ਗੰਭੀਰ ਦੋਸ਼ ਲਾਏ ਨੇ ਕਿ ਹੈ ਕਿ ਟੀਕਾਕਰਨ ਬਾਰੇ ਦਵਾਈਆਂ ਦੇ ਬਾਰੇ ਅਫਵਾਹ ਫੈਲਾਉਣਾ ਦੇਸ਼ ਧਰੋਹੀ ਸ਼੍ਰੇਣੀ ਦਾ ਅਪਰਾਧ ਹੈ ਤੇ RAMDEV ਨੂੰ ਇਸ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। 18 ਜੂਨ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ਤੇ ਪੂਰੇ ਦੇਸ਼ ਦੇ ਡਾਕਟਰ ਨੇ ਜਿਹੜੇ ਉਹ ਹਸਪਤਾਲਾਂ ਦੇ ਵਿੱਚ ਭੰਨ ਤੋੜ ਅਤੇ ਡਾਕਟਰਾਂ ਦੀ ਕੁੱਟਮਾਰ ਦੇ ਖਿਲਾਫ ਰੋਸ ਮੁਜ਼ਾਹਰਾ ਕਰਨਗੇ ਕਾਲੇ ਬੈਜ ਲਾ ਕੇ ਪੂਰੇ ਦੇਸ਼ ਦੇ ਵਿੱਚ ਡਾਕਟਰ ਆਪਣਾ ਜਿਹੜਾ ਵਿਰੋਧ ਹੈ ਉਹ ਪ੍ਰਗਟਾਉਣਗੇ। ਉਹ ਡਾਕਟਰਾਂ ਨੇ ਕਿਹਾ ਹੈ ਕਿ ਇਲਾਜ ਦੌਰਾਨ ਮਰੀਜ਼ ਦੀ ਮੌਤ ਹੋ ਜਾਣ ਤੇ ਪਰਿਵਾਰ ਵਾਲੇ ਹਸਪਤਾਲ ਦੇ ਵਿੱਚ ਜਿੱਥੇ ਸਟਾਫ ਦੇ ਨਾਲ ਖੇਬਰਦੇ ਨੇ ਉੱਥੇ ਹਸਪਤਾਲਾਂ 'ਚ ਭੰਨ ਤੋੜ ਵੀ ਕਰਦੇ ਨੇ ਜਿਸ ਨਾਲ ਡਾਕਟਰਾਂ ਤੇ ਹਸਪਤਾਲਾਂ ਦਾ ਅਕਸ ਖਰਾਬ ਹੁੰਦਾ ਹੈ ਉਹਨਾਂ ਚਤਾਵਨੀ ਦਿੰਦੇ ਹੈ ਕਿ ਹੈ ਕਿ ਜੇ ਹਾਲਾਤ ਅਜਿਹੇ ਰਹੇ ਤਾਂ ਅਸੀਂ ਮਰੀਜ਼ਾਂ ਨੂੰ ਹਸਪਤਾਲਾਂ ਚ ਦਾਖਲ ਕਰਨਾ ਹੀ ਬੰਦ ਕਰ ਦੇਵਾਂਗੇ ਮਹਾਰਾਸ਼ਟਰ ਦੇ ਨਾਂਦੇੜ ਸਥਿਤ ਸਿੱਖਾਂ ਦੇ ਇੱਕ ਤਖਤ ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਦੇ ਪ੍ਰਬੰਧਕੀ ਬੋਰਡ ਨੇ 135 ਬਿਸਤਰਿਆਂ ਦਾ ਹਸਪਤਾਲ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਇਸ ਦੇ ਲਈ 13 ਮੈਮਰੀ ਕਮੇਟੀ ਵੀ ਕਾਇਮ ਕਰ ਦਿੱਤੀ ਹੈ ਗੁਰਦੁਆਰਾ ਬੋਰਡ ਦੇ ਕੋਲ ਟੁਕਮੀ ਜ਼ਮੀਨ ਪਹਿਲਾਂ ਹੀ ਹੈ ਤੇ ਥਾਂ ਦੀ ਚੋਣ ਕੀਤੀ ਜਾਣੀ ਬਾਕੀ ਹੈ ਪ੍ਰਬੰਧਕਾਂ ਮੁਤਾਬਕ ਇਸ ਪ੍ਰੋਜੈਕਟ ਨੂੰ 2 ਤੋਂ 3 ਸਾਲ ਦੇ ਵਿੱਚ ਨਿਪਰੇ ਚਾੜ ਦਿੱਤਾ ਜਾਵੇਗਾ ਤੇ ਇਹ ਵੀ ਦੱਸ ਦਈਏ ਤੁਹਾਨੂੰ ਯਾਦ ਕਰਾ ਦਈਏ ਕਿ ਪ੍ਰਬੰਧਕੀ ਬੋਰਡ ਨੇ ਜਿਹੜਾ ਗੁਰਦੁਆਰੇ ਦਾ ਸੋਨਾ ਹੈ ਉਹਦੇ ਨਾਲ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਹੈ 2 ਮਹੀਨੇ ਬੰਦ ਰਹਿਣ ਤੋਂ ਬਾਅਦ ਤਾਜ ਮਹਿਲ ਸਮੇਤ ਹੋਰ ਸਾਰੀਆਂ ਜਿਹੜੀਆਂ ਇਮਾਰਤਾਂ ਨੇ ਦੇਖਣਯੋਗ ਇਤਿਹਾਸਿਕ ਇਮਾਰਤਾਂ ਨੇ ਉਹ ਸੈਲਾਨੀਆਂ ਦੇ ਲਈ ਖੁੱਲ ਗਈਆਂ ਨੇ 17 ਜੁੰਤੋ ਲੋਕ ਹੁਣ ਇਹਨਾਂ ਦੇ ਅੰਦਰ ਜਾ ਸਕਦੇ ਨੇ ਦੇਖ ਸਕਦੇ ਨੇ ਕੇਂਦਰ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਪਰਮਿਟ ਦੀ ਮਿਆਦ ਨੂੰ 30 ਸਤੰਬਰ 2021 ਤੱਕ ਵਧਾ ਦਿੱਤਾ ਹੈ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਕਿਹਾ ਹੈ ਕਿ ਇਸ ਵਿੱਚ ਉਹ ਸਾਰੇ ਦਸਤਾਵੇਜ਼ ਸ਼ਾਮਿਲ ਨੇ ਜਿਨ੍ਹਾਂ ਦੀ ਵੈਲਿਡਿਟੀ ਪਹਿਲੀ ਫਰਵਰੀ 2020 ਨੂੰ ਖਤਮ ਹੋ ਚੁੱਕੀ ਹੈ ਤੇ ਹੁਣ ਇਹਨਾਂ ਦਸਤਾਵੇਜ਼ਾਂ ਦੀ ਮਿਆਦ 30 ਸਤੰਬਰ 2021 ਤੱਕ ਕਰ ਦਿੱਤੀ ਹੈ ਯਾਨੀ ਕਿ ਜਿਨ੍ਹਾਂ ਦੀ ਵੈਲਿਡਿਟੀ ਖਤਮ ਹੋ ਚੁੱਕੀ ਹੈ ਉਹ ਹੁਣ 30 ਸਤੰਬਰ 2021 ਤੱਕ ਵੈਲਿਡ ਮੰਨੇ ਜਾਣਗੇ ਡੀ ਐਲ ਆਰ ਸੀ ਅਤੇ ਪਰਮਿਟ ਪੈਟਰੋਲ ਦੀ ਪੁਰਾਣੀ ਗੱਡੀ ਚਲਾਉਣ ਤੇ 10000 ਰੁਪਏ ਦਾ ਜੁਰਮਾਨਾ ਦੇਣਾ ਪਵੇਗਾ ਪੂਰੇ ਦੇਸ਼ ਵਿੱਚ ਨਹੀਂ ਇਕੱਲੇ ਦਿੱਲੀ ਦੇ ਵਿੱਚ ਦਿੱਲੀ ਟਰਾਂਸਪੋਰਟ ਵਿਭਾਗ ਨੇ ਇਹ ਨਵੀਂ ਨੀਤੀ ਦਾ ਐਲਾਨ ਕੀਤਾ ਹੈ ਹਾਲੀ ਵਿੱਚ ਲਾਂਚ ਕੀਤੀ ਗਈ ਵਹੀਕਲਸ ਕ੍ਰੈਪ ਨੀਤੀ ਦੇ ਵਿੱਚ ਨਵੇਂ ਨਿਯਮ ਐਲਾਨੇ ਗਏ ਨੇ ਉਸ ਦੇ ਮੁਤਾਬਿਕ 15 ਸਾਲ ਪੁਰਾਣੇ ਪੈਟਰੋਲ ਅਤੇ 10 ਸਾਲ ਪੁਰਾਣੇ ਡੀਜ਼ਲ ਅਤੇ ਪੈਟਰੋਲ ਕਾਰਾਂ ਦੇ ਉੱਤੇ ਵਾਹਨਾਂ ਦੇ ਚੱਲਣ ਤੇ ਦਿੱਲੀ ਦੇ ਵਿੱਚ ਪਾਬੰਦੀ ਹੋਏਗੀ ਜੇ ਕੋਈ ਚਲਾਏਗਾ ਤਾਂ 10000 ਰੁਪਏ ਦਾ ਜੁਰਮਾਨਾ ਜਿਹੜਾ ਉਹਨਾਂ ਨੂੰ ਭਰਨਾ ਪਏਗਾ ਪੰਜਾਬ ਦੇ ਵਿੱਚ ਕਰੋਨਾ ਦੇ ਕਰਕੇ ਪਟਵਾਰੀ ਜ਼ਿਲ੍ਹੇਦਾਰ ਤੇ ਨਹਿਰੀ ਪਟਵਾਰੀ ਦੀਆਂ ਅਸਾਮੀਆਂ ਦੇ ਲਈ ਜਿਹੜੀ ਪ੍ਰੀਖਿਆ ਹੋਣੀ ਸੀ ਉਹ ਮੁਲਤਵੀ ਕਰ ਦਿੱਤੀ ਗਈ ਸੀ ਹੁਣ ਦੁਬਾਰਾ ਉਹਨਾਂ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਹੈ 1152 ਅਸਾਮੀਆਂ ਦੇ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਹੁਣ 8 ਅਗਸਤ ਨੂੰ ਹੋਵੇਗੀ ਇਸ ਦੀ ਜਾਣਕਾਰੀ ਹੈ ਜਿਹੜੀ ਅਧਿਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਮਨ ਬਹਿਲ ਨੇ ਦਿੱਤੀ ਹੈ ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਦੀਆਂ ਦਿੱਲੀ ਹਿੰਸਾ ਮਾਮਲੇ ਦੇ ਵਿੱਚ ਕੜਕਰ ਡੁਮਾ ਅਦਾਲਤ ਨੇ ਨਤਾਸ਼ਾ ਨਰਵਾਲ ਦੀ ਵੰਗਨਾ ਕਲੀਤਾ ਤੇ ਆਸਿਫ ਇਕਬਾਲ ਨੂੰ ਤੁਰੰਤ ਰਿਹਾ ਕਰਨ ਦੇ ਹੁਕਮ ਦਿੱਤੇ ਨੇ ਅਦਾਲਤ ਨੇ ਦਿੱਲੀ ਪੁਲਿਸ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ ਦਿੱਲੀ ਪੁਲਿਸ ਨੇ ਕੋਰਟ ਤੋਂ ਵੈਰੀਫਿਕੇਸ਼ਨ ਦੇ ਲਈ 21 ਜੂਨ ਦਾ ਸਮਾਂ ਮੰਗਿਆ ਸੀ ਫਿਲਹਾਲ ਤਿਹਾਰ ਜੇਲ੍ਹ ਦੇ ਵਿੱਚ ਤਿੰਨਾਂ ਦੀ ਰਿਹਾਈ ਲਈ ਵਾਰੰਟ ਭੇਜ ਦਿੱਤੇ ਗਏ ਨੇ ਅਗਲੀ ਖਬਰ ਤੁਹਾਨੂੰ ਦੱਸ ਦਈਏ ਜਿਹੜਾ ਬਜ਼ੁਰਗ ਦੇ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ ਸੀ ਗਾਜ਼ੀਆਬਾਦ ਦੇ ਵਿੱਚ ਮੁਸਲਮਾਨ ਬਜ਼ੁਰਗ ਤੇ ਹਮਲੇ ਨਾਲ ਸਬੰਧਿਤ ਵੀਡੀਓ ਨੂੰ ਸਾਂਝਾ ਕਰਨ ਦੇ ਲਈ ਦਿੱਲੀ ਪੁਲਿਸ ਨੂੰ ਅਦਾਕਾਰਾ ਸਵਰਾ ਪਾਸਕਰ ਟਵਿੱਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ ਮਹੇਸ਼ਵਰੀ ਅਤੇ ਹੋਰਨਾਂ ਦੇ ਖਿਲਾਫ ਸ਼ਿਕਾਇਤ ਮਿਲੀ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਇਹਨਾਂ ਸਾਰਿਆਂ ਦੇ ਖਿਲਾਫ ਸ਼ਿਕਾਇਤ ਮਿਲੀ ਹੈ ਤੇ ਅਸੀਂ ਫਿਲਹਾਲ ਜਾਂਚ ਕਰ ਰਹੇ ਹਾਂ ਖਬਰ ਏਜੰਸੀ ਰਾਈਟਰਸ ਦੇ ਮੁਤਾਬਿਕ ਭਾਰਤ ਸਰਕਾਰ ਨੇ ਐਸਟਰਾਜੈਨਿਕਾ ਦੀਆਂ ਦੋ ਡੋਜ਼ੇਸ ਦੇ ਵਿਚਾਲੇ ਬਿਨਾਂ ਕਿਸੇ ਐਗਰੀਮੈਂਟ ਦੇ ਦੁੱਗਣਾ ਵਕਫਾ ਪਾ ਦਿੱਤਾ ਹੈ ਇੱਕ ਵੱਡਾ ਖੁਲਾਸਾ ਇਹ ਭਾਰਤੀ ਵਿਗਿਆਨੀਆਂ ਨੇ ਕੀਤਾ ਹੈ ਕਹਿੰਦੇ ਅਸੀਂ ਵੈਕਸੀਨ ਦੇ ਦੁੱਗਣੇ ਵਕਫੇ ਦੀ ਹਮਾਇਤ ਹੀ ਨਹੀਂ ਕੀਤੀ ਇਹ ਖੁਲਾਸਾ ਐਡਵਾਈਜ਼ਰੀ ਬੋਰਡ ਦੇ ਤਿੰਨ ਮੈਂਬਰਾਂ ਨੇ ਕੀਤਾ 13 ਮਈ ਨੂੰ ਸਿਹਤ ਮੰਤਰਾਲੇ ਨੇ ਪਹਿਲੀ ਅਤੇ ਦੂਸਰੀ ਡੋਜ਼ ਦੇ ਵਿਚਾਲੇ ਵਕਫਾ 6 ਤੋਂ 8 ਹਫ਼ਤਿਆਂ ਦੀ ਥਾਂ 12 ਤੋਂ 16 ਹਫ਼ਤੇ ਕਰ ਦਿੱਤਾ ਸੀ ਜਦਕਿ ਨੈਸ਼ਨਲ ਇੰਸਟੀਚਿਊਟ ਆਫ ਐਪੀਡੀਮੀਓਲੋਜੀ ਦੇ ਸਾਬਕਾ ਨਿਰਦੇਸ਼ਕ ਐਮ.ਡੀ. ਗੁਪਤੇ ਨੇ ਕਿਹਾ ਹੈ ਕਿ ਅਸੀਂ ਸਿਰਫ 8 ਤੋਂ 12 ਹਫ਼ਤਿਆਂ ਦੇ ਵਕਫੇ ਦੀ ਪ੍ਰਪੋਜ਼ਲ ਦਿੱਤੀ ਸੀ ਪਰ ਸਰਕਾਰ ਨੇ ਆਪਣੇ ਵੱਲੋਂ 12 ਤੋਂ 16 ਹਫ਼ਤਿਆਂ ਦਾ ਵਕਫਾ ਜਿਹੜਾ ਉਹ ਕਰ ਦਿੱਤਾ ਇਸੇ ਮਸਲੇ ਤੇ ਟੀਕਾਕਰਨ ਸਲਾਹਕਾਰ ਗਰੁੱਪ ਐਨਟੀ ਏਜੀਆਈ ਦੇ ਚੇਅਰਪਰਸਨ ਐਨ ਕੇ ਅਰੋੜਾ ਨੇ ਕਿਹਾ ਕਿ ਕੋਵੀ ਸ਼ੀਲਡ ਵੈਕਸੀਨ ਵਿਚਕਾਰਲੇ ਅੰਤਰ ਬਾਰੇ ਵੀ ਅਸੀਂ ਨਜ਼ਰਸਾਨੀ ਕਰਾਂਗੇ ਯਾਨੀ ਕਿ ਭਾਰਤ ਦੇ ਵਿੱਚ ਜਿਹੜੇ ਵੀ ਟੀਕੇ ਲੱਗਦੇ ਨੇ ਕੋਵੀ ਸ਼ੀਲਡ ਦਾ ਜਿਹੜਾ ਇਹ ਟੀਕਾ ਹੈ ਉਸ ਦੇ ਵਿਚਾਲੇ ਜਿਹੜਾ ਵਕਫਾ ਹੈ ਹੁਣ ਉਸ ਤੇ ਦੁਬਾਰਾ ਨਜ਼ਰਸਾਨੀ ਕੀਤੀ ਜਾਵੇਗੀ ਅੰਕੜਿਆਂ ਦੇ ਆਧਾਰ ਤੇ ਠੁਕਮਾ ਕਦਮ ਹੈ ਜਿਹੜਾ ਉਹ ਚੁੱਕਿਆ ਜਾਵੇਗਾ ਕਰੋਨਾ ਦੀ ਤੀਸਰੀ ਲਹਿਰ ਅਗਲੇ 2 ਤੋਂ 4 ਹਫ਼ਤਿਆਂ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਆ ਸਕਦੀ ਹੈ ਕੋਵਿਡ ਲਈ ਮਹਾਰਾਸ਼ਟਰ ਦੀ ਸਟੇਟ ਟਾਸਕ ਫੋਰਸ ਨੇ ਇਹ ਚੇਤਾਵਨੀ ਦਿੱਤੀ ਹੈ ਟਾਸਕ ਫੋਰਸ ਦਾ ਕਹਿਣਾ ਹੈ ਕਿ ਤੀਸਰੀ ਲਹਿਰ ਦਾ ਬੱਚਿਆਂ ਤੇ ਕੋਈ ਖਾਸ ਪ੍ਰਭਾਵ ਨਹੀਂ ਪਏਗਾ ਅੰਗਰੇਜ਼ੀ ਅਖਬਾਰ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਮੁਤਾਬਿਕ ਇਹ ਅੰਦਾਜ਼ਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਦਵ ਠਾਕਰੇ ਦੀ ਪ੍ਰਧਾਨਗੀ ਵਿੱਚ ਹੋਈ ਇੱਕ ਬੈਠਕ ਦੇ ਵਿੱਚ ਕੀਤਾ ਗਿਆ ਹੈ ਡੀਆਰਡੀਓ ਦੇ ਵੱਲੋਂ ਜਿਹੜੀ ਕਰੋਨਾ ਦੀ ਦਵਾਈ ਤਿਆਰ ਕੀਤੀ ਗਈ ਹੈ 2DG ਉਹ ਕਰੋਨਾ ਵਾਇਰਸ ਦੇ ਵਿਰੁੱਧ ਬਹੁਤ ਪ੍ਰਭਾਵਸ਼ਾਲੀ ਹਾਂ ਇਸ ਗੱਲ ਦਾ ਖੁਲਾਸਾ ਤਾਜ਼ਾ ਸਟੱਡੀ ਦੇ ਵਿੱਚ ਹੋਇਆ ਇੱਕ ਜੂਨੂ ਡੀਆਰਡੀਓ ਨੇ ਕਿਹਾ ਸੀ ਕਿ ਡਰੱਗ 2DG ਨੂੰ ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਦੇ ਵਿੱਚ ਸਹਾਇਕ ਥੈਰੇਪੀ ਦੇ ਵਜੋਂ ਵਰਤਿਆ ਜਾ ਸਕਦਾ ਹੈ ਨਵੀਂ ਸਟੱਡੀ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਡੀਆਰਡੀ ਡੀਓ ਦੀ ਦਵਾਈ 2DG ਕੋਵਿਡ 19 ਦੇ ਸਾਰੇ ਰੂਪਾਂ ਦੇ ਵਿਰੁੱਧ ਪ੍ਰਭਾਵਸ਼ਾਲੀ ਹੈ ਤੇ ਵਾਇਰਸ ਨੂੰ ਵਧਣ ਤੋਂ ਵੀ ਰੋਕਦੀ ਹੈ DRDO ਨੇ ਜਿਹੜੀ ਇਹ ਦਵਾਈ ਤਿਆਰ ਕੀਤੀ ਹੈ ਉਹ ਪਾਊਡਰ ਦੇ ਰੂਪ ਦੇ ਵਿੱਚ ਹੈ ਪੌਚ ਦੇ ਵਿੱਚ ਮਿਲਦੀ ਹੈ ਤੇ ਇਸ ਨੂੰ ਪਾਣੀ ਦੇ ਵਿੱਚ ਘੋਲ ਕੇ ਪੀਤਾ ਜਾ ਸਕਦਾ ਹੈ ਪਰ ਇਹ ਹਾਲੇ ਆਮ ਹਰ ਵਿਅਕਤੀ ਨੂੰ ਨਹੀਂ ਮਿਲ ਸਕਦੀ ਇਹ ਸਿਰਫ ਤੇ ਸਿਰਫ ਹਸਪਤਾਲਾਂ ਦੇ ਵਿੱਚ ਹੀ DRDO ਦੇ ਵੱਲੋਂ ਸਪਲਾਈ ਕੀਤੀ ਜਾਂਦੀ ਹੈ ਤੇ ਡਾਕਟਰਾਂ ਦੀ ਸਲਾਹ ਤੇ ਹੀ ਇਹ ਦਵਾਈ ਖਾਧੀ ਜਾ ਸਕਦੀ ਹੈ ਟੈਲੀਕਮ ਰੈਗੂਲੇਟਰੀ ਅਥਾਰਟੀ ਨੇ ਟੀਵੀ ਚੈਨਲ ਸਿਲੈਕਟਰ ਵੈਬ ਪੋਰਟਲ ਲਾਂਚ ਕੀਤਾ ਹੈ ਇਹ ਉਹਨਾਂ ਦੇ ਲਈ ਮਦਦਗਾਰ ਸਾਬਤ ਹੋਵੇਗਾ ਜਿਨ੍ਹਾਂ ਕੋਲ smartphones ਨਾ ਹੋਣ ਦੀ ਸੂਰਤ ਦੇ ਵਿੱਚ ਉਹ ਇਸੇ ਨਾਂ ਦੀ ਮੋਬਾਈਲ ਐਪ ਦੀ ਵਰਤੋਂ ਨਹੀਂ ਕਰ ਸਕਦੇ ਜਿਨ੍ਹਾਂ ਦੇ ਕੋਲ smartphone ਨਹੀਂ ਹੁੰਦਾ ਤੇ ਉਹ ਮੋਬਾਈਲ ਐਪ ਦੀ ਵਰਤੋਂ ਨਹੀਂ ਕਰ ਸਕਦੇ ਇਹ ਐਪ ਪਿਛਲੇ ਸਾਲ 25 ਜੂਨ ਨੂੰ ਲਾਂਚ ਕੀਤੀ ਗਈ ਸੀ ਇਸ ਨਾਲ ਖਪਤਕਾਰ ਆਪਣੇ ਸਬਸਕ੍ਰਿਪਸ਼ਨ ਦੇਖ ਕੇ ਉਸ ਨੂੰ ਨਵੇਂ ਸਿਰਿਓਂ ਲੈ ਸਕਦਾ ਹੈ ਕੇਵਲ ਆਪਰੇਟਰ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਚੈਨਲ ਦੇਖ ਸਕਦਾ ਹੈ ਤੇ ਆਪਣੀ ਪਸੰਦ ਦਾ ਚੈਨਲ ਚੁਣ ਸਕਦਾ ਹੈ ਬੈਂਕ ਆਫ ਅਮਰੀਕਾ ਨੇ ਇੱਕ ਆਪਣੀ ਰਿਪੋਰਟ ਦੇ ਵਿੱਚ ਵੱਡਾ ਖੁਲਾਸਾ ਕੀਤਾ ਹੈ ਕਿ ਆਟੋਮੇਸ਼ਨ ਦੇ ਕਾਰਨ ਭਾਰਤੀ ਆਈਟੀ ਕੰਪਨੀਆਂ ਸਾਲ 2022 ਤੱਕ ਵੱਡੇ ਪੱਧਰ ਤੇ ਕਰਮਚਾਰੀਆਂ ਦੀ ਛਾਂਟੀ ਕਰਨ ਨੂੰ ਤਿਆਰ ਨੇ ਬੈਂਕ ਆਫ ਅਮਰੀਕਾ ਨੇ ਕਿਹਾ ਕਿ ਜਿਵੇਂ ਆਟੋਮੇਸ਼ਨ ਨੇ ਤੇਜ਼ੀ ਲਿਆਂਦੀ ਹੈ ਘਰੇਲੂ ਸੌਫਟਵੇਅਰ ਕੰਪਨੀਆਂ 2022 ਤੱਕ 30 ਲੱਖ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾ ਦੇਣਗੀਆਂ ਭਾਰਤ ਦੀਆਂ ਆਈਟੀ ਕੰਪਨੀਆਂ ਬਾਰੇ ਇਹ ਜਿਹੜਾ ਖੁਲਾਸਾ ਕੀਤਾ ਗਿਆ ਹੈ ਬੈਂਕ ਆਫ ਅਮਰੀਕਾ ਦੇ ਵੱਲੋਂ ਇਹਨਾਂ ਕੰਪਨੀਆਂ ਦੇ ਨਾਮ ਵੀ ਦੱਸੇ ਗਏ ਨੇ TCS, Infosys, Wipro, HCL, Tech Mahindra ਅਤੇ ਕਾਗਨਿਜ਼ੈਂਟ ਵਰਗੀਆਂ ਵੱਡੀਆਂ ਆਈਟੀ ਕੰਪਨੀਆਂ ਆਪਣੇ 30 ਲੱਖ ਕਰਮਚਾਰੀਆਂ ਦੀ ਛਾਂਟੀ ਕਰਨਗੀਆਂ 2022 ਤੱਕ ਸੋ ਇਹ ਥੋੜੀ ਚਿੰਤਾ ਵਾਲੀ ਖਬਰ ਹੈ ਰੋਜ਼ਗਾਰ ਦੇ ਮਾਮਲੇ ਦੇ ਵਿੱਚ ਟਵਿੱਟਰ ਇੰਡੀਆ ਦੇ ਐਮ ਡੀ ਮਨੀਸ਼ ਮਹੇਸ਼ਵਰੀ ਤੋਂ ਪਿਛਲੇ ਮਹੀਨੇ ਦਿੱਲੀ ਪੁਲਿਸ ਨੇ ਕੋਵਿਡ ਟੂਲ ਕਿਟ ਮਾਮਲੇ ਦੀ ਜਾਂਚ ਸੰਬੰਧੀ ਪੁੱਛ ਪੜਤਾਲ ਕੀਤੀ ਸੀ ਉਹਨਾਂ ਨੇ ਹੋਰ ਵੇਰਵੇ ਤਾਂ ਨਹੀਂ ਦਿੱਤੇ ਪਰ ਕਿਹਾ ਕਿ ਉਹਨਾਂ ਨੂੰ ਕੰਪਨੀ ਦੀ ਨੀਤੀ ਬਾਰੇ ਵੀ ਪੁੱਛਿਆ ਗਿਆ ਸੀ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਜੋ ਮਾਮਲੇ ਦੀ ਜਾਂਚ ਕਰ ਰਹੀ ਹੈ ਉਸ ਨੂੰ 31 ਮਈ ਨੂੰ ਬੈਂਗਲੌਰ ਮਹੇਸ਼ਵਰੀ ਤੋਂ ਪੁੱਛ ਪੜਤਾਲ ਕਰਨ ਦੇ ਲਈ ਭੇਜਿਆ ਗਿਆ ਸੀ ਤੇ ਉਸ ਨੇ ਟਵਿੱਟਰ ਇੰਡੀਆ ਦੇ ਐਮ ਡੀ ਮਹੀਸ਼ ਮਨੀਸ਼ ਮਹੇਸ਼ਵਰੀ ਤੋਂ ਪੁੱਛ ਪੜਤਾਲ ਕੀਤੀ ਸੀ ਸੋ ਟਵਿੱਟਰ ਅਤੇ ਭਾਰਤ ਸਰਕਾਰ ਦੇ ਵਿੱਚ ਇੱਕ खासा ਤਣਾਅ ਹੈ ਜਿਹੜਾ ਵਧਦਾ ਜਾ ਰਿਹਾ ਹੈ ਭਾਰਤ ਦੇ ਵਿੱਚ ਜਿਹੜੀ ਕਾਨੂੰਨੀ ਸੁਰੱਖਿਆ ਟਵਿੱਟਰ ਨੂੰ ਮਿਲਦੀ ਸੀ ਉਹ ਵੀ ਬੰਦ ਕਰ ਦਿੱਤੀ ਗਈ ਹੈ ਅਤੇ ਜਿਹੜੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਉਹ ਨਿੱਤ ਨਵੇਂ ਬਿਆਨ ਨੇ ਜਿਹੜੇ ਟਵਿੱਟਰ ਨੂੰ ਲੈ ਕੇ ਦੇ ਰਹੇ ਨੇ ਪੱਛਮੀ ਬੰਗਾਲ ਦੇ ਲੀਡਰ ਜਿਹੜੇ ਪਹਿਲਾਂ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸੀ ਵਾਪਸ ਫਿਰ ਆਪਣੇ ਪੁਰਾਣੀ ਪਾਰਟੀ ਤ੍ਰੇਨਮੁਲ ਕਾਂਗਰਸ ਦੇ ਵਿੱਚ ਚਲੇ ਗਏ ਨੇ ਤੇ ਹੁਣ ਮੁਕุล ਰਾਏ ਜਿਨ੍ਹਾਂ ਦਾ ਨਾਮ ਹੈ ਉਹਨਾਂ ਨੂੰ ਦਿੱਤੀ ਗਈ ਜ਼ੈਡ ਸੁਰੱਖਿਆ ਵਾਪਸ ਲੈ ਲਈ ਗਈ ਹੈ ਜਿਹੜੀ ਜ਼ੈਡ ਜਿਹੜੀ ਸੁਰੱਖਿਆ ਹੁੰਦੀ ਹੈ ਜਾਂ ਫਿਰ ਵਾਈ ਕੈਟਾਗਰੀ ਦੀ ਸੁਰੱਖਿਆ ਹੁੰਦੀ ਹੈ ਉਹ ਕੇਂਦਰ ਸਰਕਾਰ ਦੇ ਵੱਲੋਂ ਹੀ ਦਿੱਤੀ ਜਾਂਦੀ ਹੈ ਤੇ ਕੇਂਦਰ ਸਰਕਾਰ ਨੇ ਮੁਕุล ਰਾਏ ਤੋਂ ਇਹ ਸੁਰੱਖਿਆ ਵਾਪਸ ਕਿਉਂ ਲਈ ਹੈ ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਤੁਸੀਂ ਖੁਦ ਸਮਝ ਸਕਦੇ ਹੋ ਐਨਆਈਐਨ ਮੁੰਬਈ ਪੁਲਿਸ ਦੇ ਸਾਬਕਾ ਅਧਿਕਾਰੀ ਪ੍ਰਦੀਪ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਹੈ ਇਲਜ਼ਾਮ ਕੀ ਲੱਗਿਆ ਹੈ ਕੇ ਮੁਕੇਸ਼ ਅੰਬਾਨੀ ਦੇ ਘਰ ਦੇ ਸੁਰੱਖਿਆ ਮਾਮਲੇ ਦੇ ਵਿੱਚ ਜਿਹੜੀ ਸੇਂਧ ਲੱਗੀ ਸੀ ਉਸ ਕਰਕੇ ਪ੍ਰਦੀਪ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਭਾਰਤੀ ਰਾਸ਼ਟਰੀ ਪ੍ਰਸਾਰਣ ਸੇਵਾ ਨੇ ਆਪਣੇ ਟਵੀਟ ਚ ਦੱਸਿਆ ਹੈ ਕਿ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਦੀ ਸੁਰੱਖਿਆ ਵਿੱਚ ਹੋਈ ਕਥਿਤ ਉਲੰਘਣਾ ਅਤੇ ਮਨਸੁਖ ਹੀਰੇਨ ਦੀ ਮੌਤ ਦੇ ਮਾਮਲੇ ਵਿੱਚ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੋ ਇਸ ਖਬਰ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿਸ ਕਦਰ ਜਿਹੜੇ ਭਾਰਤ ਦੇ ਵੱਡੇ ਵਪਾਰੀ ਹੈਗੇ ਨੇ ਵੱਡੇ ਉਦਯੋਗਪਤੀ ਹੈਗੇ ਨੇ ਉਹਨਾਂ ਨੂੰ ਸਰਕਾਰ ਤੋਂ ਕਿਸ ਕਦਰ ਸਹੂਲਤਾਂ ਮਿਲਦੀਆਂ ਨੇ ਉਹਨਾਂ ਦੀ ਕਿਸ ਕਦਰ ਫਿਕਰ ਹੈ ਜਿਹੜੀ ਉਹ ਸਰਕਾਰਾਂ ਦੇ ਵੱਲੋਂ ਕੀਤੀ ਜਾਂਦੀ ਹੈ ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੀ ਦੁਨੀਆ ਤੋਂ ਸਭ ਤੋਂ ਪਹਿਲੀ ਖਬਰ ਅਮਰੀਕਾ ਤੋਂ ਹੈ ਨਿਊਯਾਰਕ ਤੋਂ ਇੱਕ ਵੱਡੀ ਖਬਰ ਹੈ ਬਹੁਤ ਹੀ ਸਨਸਨੀਖੇਜ਼ ਖੁਲਾਸਾ ਹੋਇਆ ਹੈ ਅਮਰੀਕਾ ਦੇ ਸਿਹਤ ਅਧਿਕਾਰੀਆਂ ਨੇ ਇਸ ਦਾ ਖੁਲਾਸਾ ਕੀਤਾ ਹੈ ਕਿ ਇਸ ਮਹੀਨੇ ਨਿਊਯਾਰਕ ਦੇ ਟਾਈਮ ਸਕੁਅਰ ਦੇ ਵਿੱਚ ਇੱਕ ਟੀਕਾਕਰਨ ਸਾਈਟ ਤੇ ਲਗਭਗ 900 ਲੋਕਾਂ ਨੂੰ ਮਿਆਦ ਪੁੱਗ ਗਿਆ ਹੋਇਆ ਕੋਵਿਡ ਦਾ ਟੀਕਾ ਲਾਇਆ ਗਿਆ ਨਿਊਯਾਰਕ ਸਿਟੀ ਦੇ ਸਿਹਤ ਵਿਭਾਗ ਦੇ ਮੁਤਾਬਿਕ 5 ਜੂਨ ਤੋਂ 10 ਜੂਨ ਦਰਮਿਆਨ ਟਾਈਮ ਸਕੁਅਰ ਦੇ ਐਨ ਐਫ ਐਲ ਇਮਾਰਤ ਦੇ ਵਿੱਚ ਫਾਈਜ਼ਰ ਟੀਕੇ ਦੀਆਂ ਪੁਰਾਣੀਆਂ ਖੁਰਾਕਾਂ ਜਿਹੜੀਆਂ ਨੇ 899 ਲੋਕਾਂ ਨੂੰ ਦਿੱਤੀਆਂ ਗਈਆਂ ਨੇ ਏਸੀਸੀ ਟੀਕਾਕਰਨ ਕੰਪਨੀ ਜੋ ਕਿ ਸ਼ਹਿਰ ਦੇ ਵਿੱਚ ਇੱਕ ਕੰਟਰੈਕਟ ਦੇ ਤਹਿਤ ਟੀਕੇ ਲਾਉਂਦੀ ਹੈ ਉਸ ਨੇ ਇੱਕ ਬਿਆਨ ਦੇ ਵਿੱਚ ਮਿਆਦ ਲੰਗੀ ਵਾਲੇ ਟੀਕੇ ਦੇਣ ਸੰਬੰਧੀ ਮਾਫੀ ਵੀ ਮੰਗੀ ਹੈ ਤੇ ਟੀਕੇ ਪ੍ਰਾਪਤ ਕਰਨ ਵਾਲਿਆਂ ਨੂੰ ਕੋਈ ਖਤਰਾ ਨਹੀਂ ਹੈ ਇਹ ਵੀ ਉਹਨਾਂ ਨੇ ਦਾਵਾ ਕੀਤਾ ਹੈ ਚੀਨ ਨੇ ਆਪਣੇ ਨਿਰਮਾਣ ਅਧੀਨ ਪੁਲਾੜ ਸਟੇਸ਼ਨ ਦੇ ਲਈ ਤਿੰਨ ਪੁਲਾੜ ਯਾਤਰੀਆਂ ਨੂੰ ਭੇਜਿਆ ਹੈ ਜਿੱਥੇ ਉਹ ਤਿੰਨ ਮਹੀਨੇ ਇਸ ਦੇ ਕੋਰ ਮੈਡੀਕਲ ਧਿਆਨ ਹੈ ਦੇ ਵਿੱਚ ਰਹਿਣਗੇ 5 ਸਾਲਾਂ ਦੇ ਵਿੱਚ ਚੀਨ ਦਾ ਇਹ ਪਹਿਲਾ ਮਿਸ਼ਨ ਹੈ ਜਿਸ ਵਿੱਚ ਉਸਨੇ ਇਨਸਾਨ ਨੂੰ ਪੁਲਾੜ ਦੇ ਵਿੱਚ ਭੇਜਿਆ ਹੈ ਧਿਆਨ ਹੈ ਚੀਨ ਵੱਲੋਂ ਭੇਜਿਆ ਗਿਆ ਤੀਜਾ ਤੇ ਸਭ ਤੋਂ ਵੱਡਾ ਪੁਲਾੜ ਸਟੇਸ਼ਨ ਹੈ ਅਮਰੀਕਾ ਦੇ ਜਾਰਜੀਆ ਸੂਬੇ ਤੋਂ ਖਬਰ ਹੈ ਜਿੱਥੇ ਸਵਾਨਾ ਸ਼ਹਿਰ ਦੀ ਪੁਲਿਸ ਹਿਰਾਸਤ ਵਿੱਚ ਇੱਕ 60 ਸਾਲਾ ਵਿਅਕਤੀ ਨੇ ਖੁਦਕੁਸ਼ੀ ਕੀਤੀ ਉਸ ਮਾਮਲੇ ਵਿੱਚ ਪੰਜ ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਪੰਜ ਅਫਸਰਾਂ ਨੂੰ 60 ਸਾਲਾ ਬਜ਼ੁਰਗ ਵਿਅਕਤੀ ਦੀ ਪੁਲਿਸ ਦੇ ਇੰਟਰਵਿਊ ਰੂਮ ਦੇ ਵਿੱਚ ਇਕੱਲੇ ਹੁੰਦਿਆਂ ਖੁਦਕੁਸ਼ੀ ਕਰਨ ਤੋਂ ਬਾਅਦ ਨੌਕਰੀ ਤੋਂ ਕੱਢਿਆ ਗਿਆ ਹੈ ਅਗਲੀ ਖਬਰ ਵੀ ਅਮਰੀਕਾ ਤੋਂ ਹੀ ਹੈ ਜਿੱਥੇ ਉੱਤਰੀ ਇਲੀਨੋਏ ਦੇ ਵਿੱਚ ਸੋਮਵਾਰ ਨੂੰ ਕੈਮੀਕਲ ਪਲਾਂਟ ਦੇ ਵਿੱਚ ਵੱਡੇ ਧਮਾਕੇ ਕਾਰਨ ਲੱਗੀ ਅੱਗ ਨੇ ਵੱਡੇ ਪੱਧਰ ਤੇ ਤਬਾਹੀ ਮਚਾਈ ਹੈ। ਅੱਗ ਮੰਗਲਵਾਰ ਤੱਕ ਮੱਚਦੀ ਰਹੀ। ਉਸ ਕਾਰਨ ਇਲਾਕੇ ਵਿੱਚ ਸੈਂਕੜੇ ਲੋਕਾਂ ਨੂੰ ਘਰ ਛੱਡਣ ਦੇ ਲਈ ਵੀ ਕਹਿ ਦਿੱਤਾ ਗਿਆ ਸੀ। ਇੱਕ ਫੈਡਰਲ ਏਜੰਸੀ ਦੇ ਵੱਲੋਂ ਪਲਾਂਟ ਦਾ ਮੌਇਨਾ ਕਰਨ ਤੋਂ 1 ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਰੌਕਟਨ ਸਥਿਤ ਚੈਂਟੂਲ ਕੈਮੀਕਲ ਪਲਾਂਟ ਦੇ ਵਿੱਚ ਲੱਗੀ ਅੱਗ ਨੇ ਸਾਵਧਾਨੀ ਵਜੋਂ ਇੱਕ ਮੀਲ ਦੇ ਘੇਰੇ ਵਿੱਚ 125 ਤੋਂ ਵੱਧ ਕਰਾਂ ਤੇ ਕਾਰੋਬਾਰਾਂ ਨੂੰ ਬਾਹਰ ਜਾਣ ਲਈ ਮਜਬੂਰ ਕਰ ਦਿੱਤਾ ਸੀ। ਅੱਗ ਬੁਝਾਉਣ ਦੇ ਵਿੱਚ ਲੱਗੇ ਹੋਏ ਦੋ ਕਰਮਚਾਰੀਆਂ ਨੂੰ ਸੱਟਾਂ ਵੀ ਲੱਗੀਆਂ 70 ਕਾਮਿਆਂ ਨੇ ਅੱਗ ਤੇ ਕਾਬੂ ਪਾਉਣ ਦੇ ਲਈ ਜਦੋ ਜਹਿਦ ਕੀਤੀ ਅਧਿਕਾਰੀਆਂ ਨੇ ਘਰ ਤੋਂ ਬਾਹਰ ਜਾਣ ਵਾਲੇ ਲੋਕਾਂ ਤੋਂ ਮਾਫੀ ਵੀ ਮੰਗੀ ਅਤੇ ਕਿਹਾ ਕਿ ਅੱਧਾ ਮਿਲੀਅਨ ਗੈਲਨ ਤੇਲ ਬਲਨਾ ਬਾਕੀ ਸੀ ਜੋ ਕਿ ਨੇੜੇ ਦੇ ਪਾਣੀ ਸਰੋਤ ਦੇ ਲਈ ਖਤਰਾ ਸੀ ਇਸ ਕਰਕੇ ਤੁਹਾਨੂੰ ਬਾਹਰ ਭੇਜਣਾ ਪਿਆ ਹੈ ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ ਟਿੱਕਰੀ ਬਾਰਡਰ ਤੋਂ ਅਸੀਂ ਤੁਹਾਨੂੰ ਐਮਰਜੈਂਸੀ ਬੁਲੇਟਿਨ ਸੁਣਾ ਰਹੇ ਸੀ ਟਿੱਕਰੀ ਬਾਰਡਰ ਦੇ ਥੋੜੇ ਜਿਹਾ ਹਾਲਾਤ ਤੁਹਾਨੂੰ ਜਾਂਦੇ ਜਾਂਦੇ ਦੱਸ ਦਿੰਦੇ ਹਾਂ ਕਿ ਮੋਰਚਾ ਇੱਥੇ ਹਾਲੇ ਪੂਰੇ ਜੋਸ਼ੋ ਖਰੋਸ਼ ਦੇ ਨਾਲ ਜਾਰੀ ਹੈ ਸਟੇਜਾਂ ਲੱਗਦੀਆਂ ਨੇ ਜੋਗਿੰਦਰ ਸਿੰਘ ਉਗਰਾਹਾ ਜਿਹੜੀ ਉਗਰਾਹਾ ਜੱਥੇਬੰਦੀ ਦੀ ਸਟੇਜ ਵੀ ਪਕੌੜਾ ਚੌਂਕ ਤੇ ਲੱਗਦੀ ਹੈ ਇਧਰੋਂ ਜਿੱਥੋਂ ਟਿਕਰੀ ਬਾਰਡਰ ਤੋਂ ਮੋਰਚਾ ਸ਼ੁਰੂ ਹੁੰਦਾ ਦਿੱਲੀ ਵਾਲੇ ਪਾਸੇੋਂ ਉੱਥੇ ਵੀ ਸਟੇਜ ਰੋਜ਼ਾਨਾ 3 ਵਜੇ ਤੱਕ ਲੱਗਦੀ ਹੈ ਬੀਬੀਆਂ ਦੀ ਬਜ਼ੁਰਗਾਂ ਦੀ ਨੌਜਵਾਨਾਂ ਦੀ ਇੱਥੇ ਵੱਡੀ ਗਿਣਤੀ ਮੌਜੂਦ ਹੈ ਜਿੱਥੋਂ ਤੱਕ ਮੋਰਚਾ ਪਹਿਲਾਂ ਫੈਲਿਆ ਹੋਇਆ ਸੀ ਉੱਥੋਂ ਤੱਕ ਹਜੇ ਤੱਕ ਟਰਾਲੀਆਂ ਹੈਗੀਆਂ ਨੇ ਇਹ ਮੋਰਚਾ ਆਰਗੇਨਾਈਜ਼ਡ ਤਰੀਕੇ ਦੇ ਨਾਲ ਚੱਲ ਰਿਹਾ ਹੈਗਾ ਇਸ ਮੋਰਚੇ ਦੇ ਵਿੱਚ ਟਰਾਲੀਆਂ ਦੇ ਘਰਾਂ ਨੂੰ ਛੱਡ ਕੇ ਹੁਣ ਲੋਕਾਂ ਨੇ ਕਿਸਾਨਾਂ ਨੇ ਪੱਕੇ ਘਰ ਆਪਣੇ ਬਣਾ ਲਏ ਨੇ ਪੱਕੇ ਦਾ ਭਾਵ ਇਹ ਨਹੀਂ ਕਿ ਸਿਮਿੰਟ ਵਾਲੇ ਘਰ ਬਣਾ ਲਏ ਨੇ ਯਾਨੀ ਕਿ ਹੁਣ ਇੱਥੇ ਕਿਸਾਨਾਂ ਨੇ ਆਪਣੇ ਜਿਹੜੇ ਤੰਬੂ ਨੇ ਉਹ ਪੂਰੇ ਪ੍ਰਬੰਧ ਦੇ ਨਾਲ ਬਣਾ ਲਏ ਨੇ ਬਾਸ ਦੇ ਕਾਨਿਆਂ ਦੇ ਤੰਬੂ ਨੇ ਜਿਹੜੇ ਉਹ ਬਣਾਏ ਗਏ ਨੇ ਤੇ ਨਾਲ ਹੀ ਜਿਹੜੀਆਂ ਅਪਲਾਈ ਦੇ ਘਰ ਨੇ ਉਹ ਵੀ ਬਣਾਏ ਗਏ ਨੇ ਹਰ ਪ੍ਰਬੰਧ ਇੱਥੇ ਆਰਓ ਲੱਗ ਚੁੱਕੇ ਨੇ ਤੇ ਇਥੇ ਮੋਟਰਾਂ ਕਿਸਾਨਾਂ ਨੇ ਲਾ ਲਈਆਂ ਨੇ ਪਾਣੀ ਦੇ ਪ੍ਰਬੰਧ ਕੀਤੇ ਗਏ ਨੇ ਤੇ ਡਾਕਟਰਾਂ ਦੀ ਟੀਮ ਇਥੇ ਲਗਾਤਾਰ ਮੌਜੂਦ ਰਹਿੰਦੀ ਹੈ ਸੋ ਟਿੱਕਰੀ ਬਾਰਡਰ ਤੇ ਉਸੇ ਤਰੀਕੇ ਦੀ ਜਿਹੜੀ ਰੌਣਕ ਹੈ ਉਹ ਬਰਕਰਾਰ ਹੈ ਹਾਲਾਂਕਿ ਜਿਹੜੇ ਦੇਖਣ ਵਾਲੇ ਲੋਕ ਆਉਂਦੇ ਸੀ ਉਹ ਜ਼ਰੂਰ ਘਟੇ ਨੇ ਪਰ ਮੋਰਚੇ ਦੇ ਵਿੱਚ ਪੱਕੇ ਜਿਹੜੇ ਲੋਕ ਸੀ ਉਹ ਹਾਲੇ ਤੱਕ ਬੈਠੇ ਨੇ ਇਹੀ ਉਹਨਾਂ ਦਾ ਵਾਰ-ਵਾਰ ਕਹਿਣਾ ਹੈ ਕਿ 6 ਮਹੀਨੇ ਤਾਂ ਲੰਘ ਚੁੱਕੇ ਨੇ 6 ਦੇ ਵੀ ਹੁਣ 7 ਮਹੀਨੇ 26 ਜੂਨ ਨੂੰ ਹੋ ਜਾਣਗੇ ਭਾਵੇਂ 6 ਸਾਲ ਬੈਠਣਾ ਪਵੇ ਉਹ ਇਹਨਾਂ ਨੇ ਤਿਆਰੀ ਕਰ ਲਈ ਹੈ ਮਾਨਸਿਕ ਤੌਰ ਤੇ ਵੀ ਤੇ ਸਮਾਜਿਕ ਤੌਰ ਤੇ ਵੀ ਤਿਆਰੀ ਹੈ ਜਿਹੜੀ ਉਹ ਪੂਰੀ ਕਰ ਲਈ ਹੈ ਧੰਨਵਾਦ